ਕੋਲ ਰੱਖੀਆਂ ਹੋਈਆਂ ਨੇ, ਇੱਦਾਂ ਕੀਤੇ ਹੋਏ ਨੇ, ਇਹਨਾਂ ਦੇ ਤਾਂ ਵਿਚਾਰਿਆਂ ਦੇ ਆਪਣੇ ਨਹੀਂ ਮਨ ਸੋਧੇ ਹੋਏ ਨਾ ਸਾਧੇ ਹੋਏ। ਜਿਹੜੇ ਡਿੱਗ ਪੈਂਦੇ ਨੇ ਜੀਵਨ ਤੋਂ, ਉਹਨੇ ਆਪਣੇ ਆਪ ਨੂੰ ਸਾਧਿਆ ਨਹੀਂ, ਉਹ ਸਾਧ ਨਹੀਂ ਸਕਿਆ, ਪੰਜਾਂ ਨੂੰ ਜਿੱਤ ਨਹੀਂ ਸਕਿਆ। ਜਿਨ੍ਹਾਂ ਨੇ ਪੰਜਾਂ ਨੂੰ ਜਿੱਤਿਆ ਉਹ ਸਾਧ ਹੈ, ਜਿਨ੍ਹਾਂ ਨੇ ਪੰਜ ਜਿੱਤੇ ਹੀ ਨਹੀਂ, ਸਾਧ ਵਹੀ ਜਗ ਜਾਂਦੀਆਂ ਜਾ ਕੇ ਨਹੀਂ ਉਹ ਬਾਅਦ ਮਨ। ਸਤਿਗੁਰੂ ਕਹਿੰਦੇ ਜਿਹਨੇ ਆਪਣੇ ਇੰਦਰੀਆਂ ਦਸੋਂ ਨੂੰ ਕਾਬੂ ਕਰ ਲਿਆ, ਪੰਜਾਂ ਨੂੰ ਜਿੱਤ ਲਿਆ, ਮਨ ਨੂੰ ਜਿੱਤ ਲਿਆ, ਉਹ ਹੈ ਸਾਧੇ ਹੋਏ ਮਨ ਵਾਲਾ ਸਾਧ, ਜਿਹਦਾ ਮਨ ਕਿਤੇ ਜਾਂਦੇ ਨੇ। ਹੁਣ ਕਮੀ ਹੋ ਗਈ ਕਲਯੁਗ ਸਾਧੂਆਂ ਦੀ, ਹੋਰ ਮਤਾਂ ਦੇ ਸਾਧੂਆਂ ਨੂੰ ਵੀ ਅਸੀਂ ਪਹਿਲਾਂ ਮਿਲਦੇ ਸੀ, ਬਹੁਤ ਪਿਆਰ ਹੁੰਦਾ। ਉੱਥੇ ਜਾ ਕੇ ਇੱਕ ਚੀਜ਼ ਮੁੱਕ ਜਾਂਦੀ, ਥੱਲੇ ਥੱਲੇ ਵਾਲੀ ਗੱਲ ਮੁੱਕ ਜਾਂਦੀ ਹੁੰਦੀ ਹੈ। ਜਿੱਥੇ ਬ੍ਰਹਮ ਗਿਆਨ ਹੈ, ਜਿੱਥੇ ਸਾਧੇ ਹੋਏ ਮਨਾਂ ਵਾਲੇ ਬੈਠੇ ਨੇ, ਉਹ ਕਈ ਥਾਈਂ ਮਿਲ ਜਾਂਦੇ ਨੇ ਆ ਕੇ ਮਹਾਂਪੁਰਸ਼ਾਂ ਨੂੰ, ਕਿਉਂਕਿ ਉਹ ਮਿਲਣ ਆਉਂਦੇ ਰਹਿੰਦੇ ਸੀ ਸਾਰੇ, ਇਸ ਕਰਕੇ ਉਹਨਾਂ ਦੀ ਸੰਗਤ ਵੀ ਹੁੰਦੀ ਰਹਿੰਦੀ ਸੀ। ਕਈ ਤਾਂ ਐਸੇ ਦੇਖੇ ਨੇ, ਕਈ ਬੀਬੀਆਂ ਵੀ ਇਹਦੇ ਵਿੱਚ ਸ਼ਾਮਿਲ ਨੇ, ਕਈ ਮਹਾਂਪੁਰਖ ਕੋਲ ਬੈਠ ਕੇ ਵਿਕਾਰ ਹੀ ਨਹੀਂ ਫੁਰਦਾ ਹੈ ਮਨ 'ਚ, ਬਸ ਇਹੋ ਜਿਹੇ ਬੈਠੇ ਹੁਣ ਵੀ ਬੈਠੇ ਆ ਮਹਾਂਪੁਰਖਾਂ ਨੇ। ਮੈਨੂੰ ਆਪ ਕਹਿਣਾ ਵੀ ਕਮਾਲ ਦੀ ਗੱਲ ਹੈ, ਸਰੀਰ ਇਸਤਰੀ ਦਾ ਅਤੇ ਵਿਕਾਰ ਹੈ ਹੀ ਨਹੀਂ, ਕੋਈ ਪੰਜੇ ਹੀ ਨਹੀਂ ਹੈਗੇ ਇਹਦੇ 'ਚ। ਉਹਦੇ ਕੋਲ ਅਸੀਂ ਬੈਠਣਾ ਚੰਗਾ ਸਮਝਦੇ ਹਾਂ ਵੀ ਤੇਰੇ ਕੋਲ ਬਹਿ ਕੇ ਸਾਡੇ ਮਨ ਦੇ ਅੰਦਰ ਸਮਾਧੀ ਲੱਗ ਜਾਂਦੀ। ਐਸੇ ਐਸੇ ਗੁਰਮੁਖ ਸਿੱਖ ਕੌਮ 'ਚ ਬੀਬੀਆਂ ਅੰਮ੍ਰਿਤਧਾਰੀ ਮਹਾਂਪੁਰਖ ਗੁਰਮੁਖ ਬਹੁਤ ਬੈਠੇ ਨੇ, ਜਿਨ੍ਹਾਂ ਦੇ ਕੋਲ ਬਹਿਣ ਨਾਲ ਹੀ ਸਿਰਫ ਕਿਰਪਾ ਹੋ ਜਾਂਦੀ ਹੈ, ਬੈਠਣ ਨਾਲ ਹੀ ਬਸ। ਸਰ ਪਰ ਜ਼ਰੂਰ ਪਰ ਜ਼ਰੂਰ ਤਰਦਾ ਹੈ ਜਿਹੜਾ ਉਹਨਾਂ ਦੀ ਸੰਗਤ ਕਰ ਲੈਂਦਾ। ਫਿਰ ਇਹ ਜਦੋਂ ਹੁਣ ਆਪਾਂ ਨੂੰ ਦੇਖੋ ਘਰੇ ਬੈਠਿਆਂ ਨੂੰ ਹੋਰ ਇੱਧਰ ਉੱਧਰ ਨਾਮ ਪਿਆਰਾ ਨਹੀਂ ਲੱਗਦਾ, ਨਾਮ ਮਿੱਠਾ ਨਹੀਂ ਲੱਗਦਾ। ਸਾਧਕੈ ਸੰਗ ਲੱਗੈ ਪ੍ਰਭ ਮਿੱਠਾ, ਸਾਧਨਾ ਕਰਨ ਵਾਲਿਆਂ ਨੂੰ ਖੁਦ ਮਿਠਾਸ ਮਿਲ ਚੁੱਕੀ ਹੈ ਅੰਦਰ ਮਨ ਵਿੱਚ, ਜੀਵ ਦੇ ਵਿੱਚ, ਅਰੋਮਾ ਤੱਕ ਬਹੁਤ ਕਿਰਪਾ। ਜਿਹਦੇ ਹਿਰਦੇ 'ਚ ਨਾਮ ਵੱਸ ਜਾਂਦਾ ਉਹਨਾਂ ਨਾਲ ਬੈਠ ਕੇ ਆਪਾਂ ਨੂੰ ਵੀ ਨਾਮ ਮਿੱਠਾ ਲੱਗਦਾ, ਪਿਆਰਾ ਲੱਗਦਾ। ਉਹ ਪ੍ਰੇਰਨਾ ਦੇ ਦੇ ਕੇ ਪਾਠ ਕਰਾਈ ਜਾਂਦੇ ਨੇ, ਇਹ ਇਹ ਖੂਬੀ ਸੀ ਮਹਾਂਪੁਰਖਾਂ ਦੀ। ਬਸ ਜਿੰਨਿਆਂ ਨੂੰ ਉਹ ਮਿਲੇ ਨੇ ਨਾ, ਘੱਟ ਤੋਂ ਘੱਟ ਉਹ 25 ਜਪਜੀ ਸਾਹਿਬ ਤਾਂ ਫਿਰ ਕਰਨੇ ਹੀ ਕਰਨੇ ਉਹਨੇ। ਸਾਨੂੰ ਤਾਂ ਕਈਆਂ ਅਠ ਨੌ ਜਾਣਿਆਂ ਨੂੰ ਤਾਂ 101 ਤੋਂ ਘੱਟ ਕਰਾਉਂਦੇ ਹੀ ਨਹੀਂ ਸੀਗੇ, ਕਰ ਵੀ ਪਾਠ ਲੱਗਿਆ ਰਹੋ। 12 ਵਜੇ ਉਠਾਲ ਦੇਣਾ ਰਾਤ ਨੂੰ, ਆਪੇ ਨਹੀਂ ਜਾਗ ਆ ਜਾਂਦੀ ਸੀ, 12 ਵਜੇ ਉਠਾ ਚੱਲ ਲੱਗ ਜਾ ਕਰ ਪਾਠ। ਉਹਨਾਂ ਨੇ ਕਹਿਣਾ ਜੇ ਤੂੰ ਹੁਣ ਵਿਹਲਾ ਰਹੇਗਾ ਫਿਰ ਵਿਕਾਰ ਫੁਰਨਗੇ, ਪਾਠਾਂ 'ਚ ਹੀ ਲੱਗਿਆ ਰਹੇ, ਪਾਠ 'ਚ ਹੀ ਜੁੜਿਆ ਰਹੇ। ਇਹ ਜ਼ਰੂਰ ਹੈ ਵੀ ਇੱਕ ਵਾਰ ਸਰੀਰ ਦਾ ਧੂੰਆਂ ਨਿਕਲ ਜਾਂਦਾ ਸੀ, ਬੁਰੇ ਹਾਲ ਹੋ ਜਾਂਦੇ ਸਾਡੇ, ਪਰ ਉਹ ਕਹਿੰਦੇ ਸਲਾਹ ਮਨ ਦੀ ਦਸ਼ਾ, ਮਨ ਦੀ ਦਸ਼ਾ ਕਿ ਇੰਨੇ ਥਕਾ ਦੇਣਾ ਰਾਤ ਨੂੰ ਨੀਂਦ ਆਉਣੀ ਤਾਂ ਪਤਾ ਹੀ ਨਹੀਂ ਕਿੱਥੇ ਪਏ ਆ, ਸਵੇਰੇ ਫਿਰ ਟਾਲ ਲੈਣਾ। ਕਰੜੀ ਮਿਹਨਤ ਕਰਵਾ ਦੇਣੀ, ਇੱਕ ਵਾਰ ਨਾਮ ਪ੍ਰਭੂ ਕਾ ਲਾਗਾ ਮਿੱਠਾ, ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮਿੱਠਾ। ਹੁਣ ਕੋਈ ਕਹਿੰਦੇ ਨੇ ਬ੍ਰਹਮ ਗਿਆਨੀ ਨਾਨਕ, ਬ੍ਰਹਮ ਗਿਆਨੀ ਆਪ ਪਰਮੇਸ਼ਰ, ਜੋ ਪੱਪੇ ਨੂੰ ਔਂਕੜ ਹੋਵੇ ਤਾਂ ਹੁੰਦਾ, ਉੱਥੇ ਅਰਥ ਪੱਪੇ ਸਿਆਲੀ ਨਾਲ ਆ, ਆਪ ਪਰਮੇਸ਼ਰ ਨਹੀਂ, ਬ੍ਰਹਮ ਗਿਆਨੀ ਪਰਮੇਸ਼ਰ ਸਰੂਪ ਹੋ ਜਾਂਦਾ। ਹੁਣ ਮੈਂ ਇਹਦੀ ਫਿਰ ਚੰਗੀ ਤਰ੍ਹਾਂ ਅਧਿਐਨ ਕੀਤਾ, ਪੜ੍ਹ ਕੇ ਉਹ ਬਾਣੀ 'ਚ ਪੜ੍ਹੋ, ਕਹਿੰਦੇ ਬ੍ਰਹਮ ਗਿਆਨੀ ਸੇ ਜਨ ਭਏ, ਨਾਨਕ ਜਿਨ ਪ੍ਰਭ ਆਪ ਕਰੇ, ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ। ਜੇ ਰੱਬ ਬ੍ਰਹਮ ਗਿਆਨੀ ਆ ਤਾਂ ਫਿਰ ਤਰਿਓ ਕਿੱਥੋਂ ਅੱਖਰ ਆ ਗਿਆ ਇਹਦੇ 'ਚ? ਕਹਿੰਦੇ ਜਿਸ ਹੈ ਜਗਾਏ ਪੀ ਆਵੈ ਇਹੋ ਰਸ, ਅਕਥ ਕਥਾ ਤਿੰਨ ਜਾਨੀ। ਉਹ ਜਿਹੜੇ ਲੋਕ ਕਹਿੰਦੇ ਨੇ ਹੁਣ ਕਈ ਥਾਈਂ ਆ, ਗਰੀਸ ਵਿੱਚ ਵੀ ਇੱਕ ਉਹ ਟੇਢੇ 'ਚ ਪ੍ਰਚਾਰ ਕੇ ਉਹਨਾਂ ਨੇ ਸੀੜੀਆਂ, ਉੱਥੇ ਵੀ ਵੰਡ, ਉੱਥੇ ਵੀ ਵੰਡ, ਦੁਨੀਆਂ 'ਚ ਇੱਕ ਸੀੜੀ ਵੰਡਦੇ ਨੇ। ਬੰਦਾ ਸੰਤ ਨਹੀਂ ਹੋ ਸਕਦਾ, ਬੰਦਾ ਬ੍ਰਹਮ ਗਿਆਨੀ ਨਹੀਂ ਹੋ ਸਕਦਾ, ਬੰਦਾ ਕੋਈ ਐਂ ਨਹੀਂ ਹੋ ਸਕਦਾ। ਉਹ ਸੰਗਤ ਨੂੰ ਗੁੰਮਰਾਹ ਕਰਦੇ, ਗੁੰਮਰਾਹ ਕਰਨ ਦੇ ਨਾਲ ਕੀ ਹੁੰਦਾ, ਸੰਗਤ ਵਿਚਾਰੀ ਚੱਕਰ 'ਚ ਪੈ ਜਾਂਦੀ ਹੈ। ਇਹੇ ਜੇ ਟੇਢੇ ਸਵਾਲ ਕਰਨੇ
ਬਈ ਇਹ ਅੱਖਰ ਜੀ ਐਂ ਉਦੋਂ ਹੁੰਦਾ ਨਹੀਂ ਸੀ ਮਹਾਰਾਜ ਵੇਲੇ ਅੱਖਰ, ਫਿਰ ਜੇ ਨਹੀਂ ਸੀ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਇੰਨੀ ਵਾਰ ਲਿਖਿਆ ਕਿਉਂ ਹੋਇਆ? ਇਹ ਦੱਸੋ ਜੀ, ਉਦੋਂ ਨਹੀਂ ਸੀ ਕਿਸੇ ਨੂੰ ਸੰਤ ਕਹਿੰਦੇ ਹੁੰਦੇ? ਸੰਤ ਪ੍ਰਹਿਲਾਦ ਕੀ ਪੈਜ ਜਿਨ ਰਾਖੀ, ਇਹ ਪੰਕਤੀ ਕੱਢ ਲਓ, ਆਈ ਸਿੱਖੀ ਫੋਨ ਹੁਣ ਸਾਰਿਆਂ ਕੋਲ ਹੁੰਦੇ ਨੇ, ਕੱਢ ਲਓ ਵੀ ਪੰਕਤੀ ਲਿਖੀ ਹੋਈ ਹੈ। ਫਿਰ ਕਹਿੰਦੇ ਨੇ, ਕਿਆ ਅਪਰਾਧ ਸੰਤ ਹੈ ਕੀਨਾ ਭਗਤ ਕਬੀਰ ਜੀ ਨੂੰ ਲਿਖਿਆ ਹੋਇਆ? ਕਹਿੰਦੇ ਉਦੋਂ ਕਹਿੰਦੇ ਨਹੀਂ ਸੀ। ਇਹ ਤਾਂ ਸ਼ੁਰੂ ਤੋਂ ਇਹ ਅੱਖਰ ਬਣਤਰ ਬਣੀ ਹੋਈ ਹੈ। ਇਹ ਇੱਕ ਅੱਡ ਗੱਲ ਹੈ, ਸਿੱਖ ਹੋਣਾ ਵੱਖਰੀ ਗੱਲ ਹੈ, ਸਿੱਖ ਤਾਂ ਸਾਰੇ ਹੀ ਆਪਾਂ। ਜੇ ਸਹੀ ਪਰਿਭਾਸ਼ਾ ਲਿਆਈਏ ਸਿੱਖ ਦੀ, ਤਾਂ ਫਿਰ ਤਾਂ ਸਿੱਖ ਕੋਈ ਵੀ ਨਹੀਂ ਆਪਣੇ 'ਚ, ਫਿਰ ਤਾਂ ਦੀਵਾ ਲੈ ਕੇ ਲੱਭਣ ਲੱਗੇ ਤਾਂ ਇੱਕ ਸਿੱਖ, ਦੋ ਸਿੱਖ। 20ਵੀਂ ਸਦੀ ਦਾ ਮਹਾਨ ਸਿੱਖ ਇੱਕ ਜਾਣੇ ਨੂੰ ਲਿਖਿਆ, ਫਿਰ ਤੁਹਾਨੂੰ ਲਿਖਿਆ ਕਿਸੇ ਨੂੰ? ਬਾਬਾ ਜਰਨੈਲ ਸਿੰਘ ਜੀ ਖਾਲਸਾ ਨੂੰ ਇੱਕ ਲਿਖਿਆ ਬਸ, ਅਤੇ ਉਹ ਮਹਾਨ ਸਿੱਖ ਕਿਉਂ ਲਿਖਦੇ ਹੋ? ਕਿਉਂਕਿ ਉਹਨਾਂ ਨੇ ਆਪਣੇ ਅੰਦਰੋਂ ਉਹ ਚੀਜ਼ ਨੂੰ ਖਤਮ ਕੀਤਾ, ਅੰਦਰ ਪ੍ਰਕਾਸ਼ ਹੋਇਆ, ਕਿਰਪਾ ਹੋਈ। ਮੈਂ ਅੱਜ ਵੀ ਬਹਿ ਕੇ ਸੋਚਦਾ, ਕੱਲ੍ਹ ਵੀ, ਵੀ ਸਾਡੇ 'ਚ 5-6 ਕੁ ਜਣਿਆਂ ਨੂੰ ਪਤਾ ਸੀ ਇਹਨਾਂ ਦੀ ਇੰਨੀ ਉੱਚੀ ਅਵਸਥਾ, ਸਾਡੇ ਆਪਣੇ ਨਾਲਦਿਆਂ ਨੂੰ ਨਹੀਂ ਸੀ ਪਤਾ ਇੰਨੀ ਉੱਚੀ ਅਵਸਥਾ ਦੇ ਮਾਲਕ ਨੇ ਇਹ। ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਆ ਜਿਵੇਂ ਪਹਿਲੀ ਵਾਰ ਮਿਲਿਆ ਸੀ ਜਾ ਕੇ 1987 'ਚ, ਮੈਨੂੰ ਇੱਕੋ ਕੁਐਸਚਨ ਕੀਤਾ, ਕਹਿੰਦੇ ਬਾਬਾ ਜਰਨੈਲ ਸਿੰਘ ਦੀ ਅਵਸਥਾ ਕੀ ਸੀ? ਕਿਉਂਕਿ ਬ੍ਰਹਮ ਗਿਆਨੀ ਦੇ ਮੂਹਰੇ ਬੋਲੀ ਦਾ ਨਹੀਂ ਹੁੰਦਾ ਬਸ। ਮੈਂ ਕਿਹਾ ਮਹਾਰਾਜ ਸਾਡਾ ਤਾਂ ਦਿਮਾਗ ਨਹੀਂ ਇੰਨਾ, ਨਾ ਸਾਡੀ ਅਵਸਥਾ ਹੀ ਆ, ਤੁਸੀਂ ਦੱਸੋ। ਕਹਿੰਦੇ 7ਵੀਂ ਭੂਮਿਕਾ ਦਾ ਮਾਲਕ ਸੀ ਉਹ, ਪਤਾ ਤਾਂ ਸੀਗਾ ਮੈਨੂੰ, ਕਿਉਂਕਿ ਮੈਨੂੰ ਆਪ ਦੱਸਦੇ ਰਹਿੰਦੇ ਸੀ ਵੀ ਇੱਥੇ ਤੱਕ ਅਵਸਥਾ ਚਲੀ ਗਈ। ਹੁਣ ਇਸ ਕਰਕੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਪ੍ਰੈਕਟੀਕਲੀ ਹੀ ਮੇਰੀਆਂ ਦੇਖੀਆਂ ਹੋਈਆਂ, ਜਦੋਂ ਮੈਂ ਸਿਰ ਨੂੰ ਤੇਲ ਲਾ ਰਿਹਾ ਸੀ ਗੁਰੂ ਨਾਨਕ ਨਿਵਾਸ ਦੇ ਉੱਤੇ, ਕਿਉਂਕਿ ਸ਼ੁਰੂ ਤੋਂ ਹੀ ਲੈ ਕੇ ਅਸੀਂ ਕਾਫ਼ੀ ਉਹਨਾਂ ਦੀ ਸੇਵਾ ਕੀਤੀ ਆ, ਪਾਠ ਬਹੁਤ ਕਰਦੇ ਕਰਕੇ ਤੇਲ ਸਿਰ ਨੂੰ ਮੜੀ ਜਾਣਾ, ਖਪੇ ਇੱਕ ਇੱਕ ਬੋਤਲ ਪੂਰੀ ਖਪ ਜਾਂਦੀ ਹੁੰਦੀ ਸੀ ਸਰੀਰ ਅਤੇ ਸਿਰ ਵਿੱਚ, ਕਮਾਈ ਬਹੁਤ ਜ਼ਿਆਦਾ ਸੀ। ਸਿਰ ਦੇ ਉੱਤੇ ਹੱਥ ਫੇਰਦਿਆਂ ਫਿਰਦਿਆਂ ਮੈਂ ਕਿਹਾ ਪੋਲਾ ਜਿਹਾ ਕੀ ਆ, ਜਿਨ੍ਹਾਂ ਦੇ ਬੱਚੇ ਮਹੀਨੇ ਕੁ ਦੇ ਆ, ਮਹੀਨਾ ਡੇਢ ਮਹੀਨਾ, ਉਹਨਾਂ ਸਿਰ 'ਤੇ ਦੇਖ ਪੋਲਾ ਜਿਹਾ ਹੁੰਦਾ ਵਿਚਾਲਿਆਂ ਜਿਹਾ, ਇਹ ਬੱਚੇ ਨੂੰ ਸਾਰਾ ਕੁਝ ਦਿਖਦਾ ਹੁੰਦਾ, ਇਹਨੂੰ ਪਤਾ ਵੀ ਹੁੰਦਾ, ਪਰ ਇਹ ਬੋਲ ਨਹੀਂ ਸਕਦਾ ਹੁੰਦਾ। ਮਾਤਾ ਦੇ ਉਦਰ ਵਿੱਚ ਬੱਚੇ ਨੂੰ 100 ਜਨਮ ਦਾ ਗਿਆਨ ਹੁੰਦਾ, ਜਦੋਂ ਜਨਮ ਲੈਂਦੇ ਨੇ ਇਹਨਾਂ ਨੂੰ ਸਾਰਾ ਕੁਝ ਪਤਾ ਹੁੰਦਾ, ਪਰ ਜਿਉਂ ਜਿਉਂ ਇਹ ਉਮਰ ਵੱਧਦੀ, ਜਦੋਂ ਤੱਕ ਇਹ ਬੋਲਣ ਲੱਗਦੇ ਉਦੋਂ ਤੱਕ ਉਹ ਪੱਥਰ ਵਰਗਾ ਉੱਤੋਂ ਹੋ ਜਾਂਦਾ ਪੱਕਾ, ਉਦੋਂ ਤੱਕ ਇਹਨੂੰ ਲਿਖਣ ਵੜ ਜਾਂਦਾ। ਮੈਂ ਇਹ ਦੱਬਿਆ, ਮੈਂ ਕਿਹਾ ਆਹ ਪੋਲਾ ਜਾ ਇੱਥੋਂ, ਕਹਿੰਦੇ ਦੱਬਣਾ ਦਾ ਹੀ ਜ਼ਿਆਦਾ। ਮੈਂ ਜਾਣ ਕੇ ਪੁੱਛਿਆ, ਮੈਂ ਕਿਹਾ ਇਹ ਕੀ ਹੈ? ਕਹਿੰਦੇ ਉਹ ਤੈਨੂੰ ਪਤਾ ਤਾਂ ਹੁਣ ਖੁੱਲਿਆ ਹੋਇਆ ਇਹ, ਮਤਲਬ ਕਿ ਦਸਮ ਦੁਆਰ ਖੁੱਲਿਆ ਹੋਇਆ। ਇਹ ਸਾਰੀਆਂ ਚੀਜ਼ਾਂ ਮਹਾਂਪੁਰਖਾਂ ਦੇ ਕੋਲ ਪ੍ਰੈਕਟੀਕਲੀ ਲਾਈਫ ਵਿੱਚ ਦੇਖਣ ਨੂੰ ਮਿਲ ਜਾਂਦੀਆਂ ਨੇ। ਹੁਣ ਮੈਨੂੰ ਦਿਖਾਓ ਇੱਥੇ ਇੰਗਲੈਂਡ ਵਿੱਚ ਕਿਹਦਾ ਖੁੱਲਿਆ ਹੋਇਆ ਦਸਮ ਦੁਆਰ, ਉਹਨੂੰ ਮਿਲੀਏ ਭਾਈ, ਉਹ ਦੱਸੂਗਾ ਹੀ ਨਹੀਂ, ਕਿਉਂ ਜਿਹਦਾ ਖੁੱਲਿਆ ਉਹ ਦੱਸਦਾ ਨਹੀਂ, ਉਹਨੂੰ ਆਪਣੀ ਚੀਜ਼ ਗੁਆਚਣ ਦਾ ਡਰ ਹੁੰਦਾ। ਕੋਈ ਕੋਈ ਅਜੇ ਖੁੱਲ੍ਹੇ ਤਾਂ ਅੰਦਰੋਂ ਬਾਹਰ ਹੀ ਨਹੀਂ ਆਉਂਦਾ ਹੁੰਦਾ, ਬਹੁਤੇ ਤਾਂ ਫਿਰ ਚੁੱਪ ਕਰਕੇ ਅੰਦਰ ਹੀ ਸਮਾਧੀਆਂ ਲਾ ਕੇ ਬੈਠੇ ਰਹਿੰਦੇ ਨੇ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਜਦੋਂ ਗੁਰਮੁਖਾਂ ਦੇ ਨਾਲ ਆਪਾਂ ਮਿਲਦੇ ਹਾਂ, ਸਾਧਨਾ ਵਾਲੇ ਪੁਰਸ਼ਾਂ ਨਾਲ ਮਿਲਦੇ ਹਾਂ, ਤਾਂ ਪਰਮੇਸ਼ੁਰ ਮਿੱਠਾ, ਉਹ ਇੰਨੀਆਂ ਜੀਆਂ ਬਚਨ ਸੁਣਾਉਂਦੇ ਨੇ ਉਹਦੇ ਕਿ ਰੱਬ ਦਾ ਨਾਮ ਮਿੱਠਾ, ਗੁਰੂ ਸਾਹਿਬ ਮਿੱਠੇ ਪਿਆਰੇ ਲੱਗਣ ਲੱਗ ਜਾਂਦੇ ਨੇ। ਜੇ ਮਹਾਂਪੁਰਖਾਂ ਨੇ ਇਹੀ ਕਹੀ ਜਾਣਾ, ਜੇ ਦਰਸ਼ਨ ਨਹੀਂ ਹੋਏ ਕਾਹਦੀ ਜ਼ਿੰਦਗੀ ਹੈ? ਬੰਦੇ ਦੇ ਅੰਦਰੋਂ ਇੱਕ ਚੀਜ਼ ਪੈਦਾ ਕਰ ਦੇਣੀ, ਕਹਿ ਕੇ ਸਾਨੂੰ ਐਵੇਂ ਸ਼ਾਮ ਨੂੰ ਮਿਲਣਾ, ਤਾਂ ਅੱਜ ਤਾਂ ਆਨੰਦ ਸਾਹਿਬ ਹੀ ਨਹੀਂ ਹੋਇਆ ਹੈ, ਆਨੰਦ ਸਾਹਿਬ ਨਹੀਂ ਹੋਇਆ। ਮੈਂ ਕਿਹਾ ਇਹ ਹੁਣ ਹੋਰ ਕਿਸੇ ਨੂੰ ਕਿਹੋ, ਆਨੰਦ ਸਾਹਿਬ ਨੇ ਇੰਨੇ ਜਪਜੀ ਸਾਹਿਬ ਕਰਕੇ, ਉਹ ਪਤਾ ਹੀ ਕਰਦੇ ਸੀ 151 ਜਪਜੀ ਸਾਹਿਬ ਕਰਕੇ ਨਾ, ਫਿਰ ਬਾਅਦ 'ਚ ਇੱਕ ਆਨੰਦ ਸਾਹਿਬ ਕਰ ਲੈਣਾ, 5 ਬਾਣੀਆਂ ਸਵੇਰੇ ਪੜ੍ਹ ਲੈਣੀਆਂ। ਸੁਣਨ ਵਾਲੇ ਨੂੰ ਐਂ ਲੱਗਦਾ ਸੀ ਯਾਰ ਆਹ ਬੰਦਾ ਚੰਗਾ ਹੈ, ਆਪਾਂ ਦੱਸ ਸਵੇਰ ਦਾ ਹਾਲ ਤੱਕ ਆਨੰਦ ਸਾਹਿਬ ਨਹੀਂ ਪੜ੍ਹਿਆ, ਨਹੀਂ ਨਾਲੇ ਆਪਣੇ ਆਪ ਨੂੰ ਲੁਕਾਉਣਾ, ਕਰੀ ਵੀ ਜਾਣਾ ਲੁਕੋਈ ਵੀ ਜਾਣਾ ਆਪਣੇ ਆਪ ਨੂੰ, ਤਾਂ ਕਿ ਮੇਰਾ ਕਿਸੇ ਨੂੰ ਪਤਾ ਹੀ ਨਾ ਲੱਗ ਜੇ, ਸਾਨੂੰ ਇਉਂ ਸ਼ੋਅ ਕਰ ਦੇਣਾ। ਮੈਨੂੰ ਤਾਂ ਨੀਂਦ ਹੀ ਬੜੀ ਆਉਂਦੀ ਹੈ, ਮੈਨੂੰ ਵਿਕਾਰ ਬੜੇ ਸਤਾਉਂਦੇ, ਉਹੀ ਕਰੀ ਜਾਣਾ ਅਸੀਂ। ਮੈਂ ਹੱਸਣਾ ਵੀ ਤੁਹਾਨੂੰ, ਸਾਰਾ ਕੁਛ ਤਾਂ ਠੀਕ ਹੈ ਤੁਹਾਡਾ। ਕਹਿੰਦੇ ਹੁਣ ਨਿਮਰਤਾ ਵੀ ਚੰਗੀ ਹੁੰਦੀ ਨਾ, ਨਿਮਰਤਾ ਰੱਖਣੀ ਆਪਣੇ ਮਨ ਦੇ ਅੰਦਰ,
ਸਾਧੂ ਕੈ ਸੰਗ ਘਾਟੇ ਘਾਟ ਡੀਠਾ। ਸਤਿਗੁਰਾਂ ਦੇ ਨਾਲ ਮਿਲ ਕੇ ਜਿਹਨੇ ਸਾਧਨਾ ਕੀਤੀ ਸੰਗਤ ਬੈਠ ਕੇ, ਉਹਨਾਂ ਨੇ ਘੱਟ ਘੱਟ ਹੁੰਦਾ ਹਿਰਦਿਆਂ ਹਿਰਦਿਆਂ 'ਚ ਦੇਖ ਲਿਆ। ਪਹਿਲਾਂ ਤੁਸੀਂ ਦੂਜੇ ਦੇ ਹਿਰਦੇ 'ਚ ਉਹਨੂੰ ਕਿਵੇਂ ਦੇਖੋਗੇ? ਜਦੋਂ ਡਾਕਟਰ ਬਣਦੇ ਨੇ ਨਿਆਣੇ, ਸਰਜਰੀ ਕਰਨੀ ਸਿੱਖਦੇ ਨੇ, ਇਹ ਮੁਰਦਾ ਲਿਆਉਂਦੇ ਨੇ ਕਾਲਜ ਵਿੱਚ, ਮੁਰਦਾ ਸਾਰਾ ਕੱਟ ਕੇ ਇੱਕ ਇੱਕ ਅੰਗ ਸਾਰਾ ਦਿਖਾਇਆ ਜਾਂਦਾ, ਕੱਟੀ ਜਾਂਦੇ ਦਿਖਾਈ ਜਾਂਦੇ, ਆਹ ਇੱਥੇ ਆ, ਇੱਥੇ ਇੱਥੇ ਆ ਚੀਜ਼, ਆਹ ਚੀਜ਼ ਹੈ। ਹੁਣ ਉਹ ਚੀਜ਼ ਉਹਨੂੰ ਫੀਲਿੰਗ 'ਚ ਆ ਜਾਂਦੀ ਆਪਣੇ, ਹਾਂ ਮੈਂ ਉਹਦੇ ਇੱਥੇ ਦੇਖਿਆ ਸੀ, ਆਹ ਚੀਜ਼ ਸੀ ਇੱਥੇ, ਆਹ ਦਿਲ ਇੱਥੇ ਸੀ ਉਹਦੇ, ਇੱਥੇ ਆਏ ਸੀ। ਆਪਣੀ ਫੀਲਿੰਗ ਹਰ ਬੰਦੇ ਜਿੰਨੀ ਮਨੁੱਖਾ ਦੇਹੀ ਹੈ ਸਾਰੀ ਦੀ ਫੀਲਿੰਗ ਉਹ 'ਚ ਵੜ ਗਈ, ਕਿਉਂਕਿ ਹੈ ਤਾਂ ਆਪਾਂ ਇੱਕੋ ਜਿਹੇ ਸਾਰੇ। ਹੁਣ ਜੇ ਉਹ ਸਰਜਰੀ ਸਿੱਖ ਗਿਆ ਤਾਂ ਉਹਨੂੰ ਕਹਿੰਦੇ ਲਿਆ ਵੀ ਓਪਰੇਸ਼ਨ ਕਰਨਾ ਕੀ ਔਖਾ, ਲਓ ਹੁਣੇ ਕਰ ਦਿੰਦੇ ਹਾਂ, ਕਿਉਂਕਿ ਸਿੱਖਿਆ ਹੋਇਆ ਸਰਜਰੀ ਨੂੰ। ਇਸੇ ਤਰ੍ਹਾਂ ਹੀ ਜਦੋਂ ਮਹਾਂਪੁਰਖ ਆਪਣੇ ਅੰਦਰ ਆਪਣੀ ਆਤਮਾ ਨੂੰ ਦੇਖ ਲੈਂਦਾ ਤਾਂ ਉਹਨੂੰ ਪਤਾ ਕਿ ਇੱਥੇ ਆ ਪ੍ਰਕਾਸ਼, ਜਾਂ ਕਿੱਥੇ ਕਿੱਥੇ ਸਰੀਰ ਦੇ ਦਸਮ ਦੁਆਰ ਵਿੱਚ ਕਿੱਥੇ ਕੀ ਆ। ਉਹ ਦੂਜੇ ਨੂੰ ਵੀ ਦੇਖ ਲੈਂਦਾ, ਦੂਜੇ ਨੂੰ ਵੀ ਦੱਸ ਦਿੰਦਾ, ਦੂਜੇ ਬਾਰੇ ਵੀ ਜਾਣਦਾ ਹੁੰਦਾ, ਦੂਜੇ ਦੇ ਮਨ ਨੂੰ ਵੀ ਫੜ ਲੈਂਦਾ ਵੀ ਇਹ ਕੀ ਕਰਦਾ ਕੀ ਸੋਚਦਾ, ਦਿਲ ਦੀਆਂ ਗੱਲਾਂ ਬੁੱਝ ਲੈਂਦੇ ਨੇ ਬੈਠੇ। ਜਦੋਂ ਆਪਾਂ ਆਪਣੇ ਅੰਦਰਲੇ ਪਰਮਾਤਮਾ ਨੂੰ ਜੋਤ ਨੂੰ ਦੇਖ ਲੈਂਦੇ ਹਾਂ ਤਾਂ ਦੂਜੇ ਵਿੱਚ ਵੀ ਫਿਰ ਦੇਖ ਸਕਦੇ ਹਾਂ। ਪਹਿਲਾਂ ਆਪਣੇ ਅੰਦਰ ਦੇਖੋ, ਉਹ ਆਪਾਂ ਕਰਨਾ ਨਹੀਂ, ਕਿਉਂਕਿ ਆਪਾਂ ਕੰਮ ਬੜੇ ਕਰਨੇ ਸੰਸਾਰ ਦੇ, ਇਹ ਜਿਸ ਪਾਸੇ ਜਾਣਾ ਸੀ ਉਸ ਪਾਸੇ ਗਏ ਨਹੀਂ, ਅਤੇ ਮਾਇਆ ਕਮਾਉਣ ਨੂੰ ਹੀ ਕੰਮ ਕਰਨ ਨੂੰ ਆਪਾਂ ਵੱਡਾ ਸਮਝੀ ਜਾਂਦੇ ਹਾਂ। ਬਹੁਤ ਜ਼ਿਆਦਾ ਹਨੇਰੇ 'ਚ ਆਪਾਂ ਅੰਧ ਗੁਬਾਰ ਵਿੱਚ ਫਸੇ ਹੋਏ। ਸਤਿਗੁਰੂ ਮਹਾਰਾਜ ਜੀ ਕਹਿੰਦੇ ਧੰਦਾ ਕਰਦਿਆਂ ਨਿਹਫਲ ਜਨਮ ਗਵਾਇਆ, ਸੁਖ ਦਾਤਾ ਮਨ ਨਾ ਵਸਾਇਆ, ਬਿਨ ਨਾਵੈ ਜਗ ਕਮਲਾ ਫਿਰੈ। ਗੁਰੂ ਸਾਹਿਬ ਤਾਂ ਕਹਿੰਦੇ, ਹੁਣ ਆਪਾਂ ਕਿਸੇ ਨੂੰ ਕਹਿ ਦਈਏ ਤੂੰ ਤਾਂ ਕਮਲਾ ਹੈ ਤਾਂ ਅਗਲਾ ਗੁੱਸਾ ਹੀ ਕਰੂੰਗਾ। ਗੁਰੂ ਸਾਹਿਬ ਕਹਿੰਦੇ ਬਿਨ ਨਾਵੈ ਜਗ ਕਮਲਾ ਫਿਰੈ। ਮਹਾਰਾਜ ਕਹਿੰਦੇ ਗੁਰਮੁਖ ਨਦਰੀ ਆਇਆ, ਗੁਰਮੁਖਾਂ ਨੂੰ ਦੇਖਿਆ। ਇਉਂ ਗੁਰਮੁਖਾਂ ਦੀ ਸੰਗਤ, ਸਾਧਨਾ ਕਰਨ ਵਾਲਿਆਂ ਦੀ, ਮਹਾਂਪੁਰਖਾਂ ਦੀ ਸੰਗਤ, ਇਹ ਦਿਖਾਉਣਾ ਉਹਨਾਂ ਲਈ ਕੋਈ ਔਖਾ ਨਹੀਂ ਹੁੰਦਾ ਹੈ, ਘੱਟ ਘੱਟ ਡੀਠਾ। ਜਦੋਂ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਬਹੁਤ ਪਹਿਲਾਂ ਹੋਏ ਨੇ, ਆ ਜਿਹੜੇ ਟੇਢੇ ਜਿਹੇ ਬੰਦੇ ਨੇ ਵਿਰੋਧੀ ਜੇ ਨੇ, ਇਹ ਹੁਣ ਸ਼ਾਟਲ ਉਹਨਾਂ ਨੇ ਸੀੜੀਆਂ ਬੰਨੀਆਂ, ਸੰਤ ਸੁੰਦਰ ਸਿੰਘ ਦੀ ਵਿਰੋਧਤਾ ਦੀਆਂ ਸੀੜੀਆਂ ਬੰਨੀਆਂ। ਸੰਤ ਬਾਬਾ ਗੁਰਭਜਨ ਸਿੰਘ ਜੀ ਖਾਲਸਾ 69 ਚੜ੍ਹਾਈ ਕਰ ਗਏ ਸੀ, ਉਹਨਾਂ ਦੀ ਵਿਰੋਧਤਾ ਹੁਣ ਕਰਦੇ ਨੇ ਸੀੜੀਆਂ 'ਚ, ਕਿ ਇਹਨਾਂ ਦੇ ਜਿਹੜੇ ਮਨ ਉਧਰੋਂ ਟੁੱਟ ਜਾਣ, ਇਹ ਸਮਝਣ ਇਹ ਗੱਲਾਂ ਹੁੰਦੀਆਂ ਹੀ ਨਹੀਂ। ਜਦੋਂ ਸੱਚੇ ਸੁੱਚੇ ਮਹਾਂਪੁਰਖ ਦੀ ਨਿੰਦਾ ਕਰਨ ਲੱਗ ਜਾਣ, ਸ੍ਰਿਸ਼ਟੀ 'ਤੇ ਬੋਝ ਆ ਜਾਂਦਾ ਉਹ। ਤਾਂ ਇਸ ਕਰਕੇ ਹੈ ਕਿ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਮਹਾਂਪੁਰਖ, ਜਦੋਂ ਜੰਗਲ ਦੇ ਵਿੱਚ ਬਾਬਾ ਬਿਸ਼ਨ ਸਿੰਘ ਜੀ ਮਰਾਲੇ ਵਾਲੇ ਭਗਤੀ ਕਰਦੇ ਹੁੰਦੇ ਸੀ ਨਾ, ਉਹ ਜੰਗਲ 'ਚ ਭਗਤੀ ਕਰਨ ਬਹਿਣ, ਇਹ ਪਰੇ ਆਪਣਾ ਜਪਜੀ ਸਾਹਿਬ ਕਰੀ ਜਾਣੇ ਬੈਠਿਆਂ ਨੇ। ਇੱਕ ਦਿਨ ਜਦੋਂ ਬਾਬਾ ਬਿਸ਼ਨ ਸਿੰਘ ਜੀ ਆਏ ਤਾਂ ਸੰਤ ਸੁੰਦਰ ਸਿੰਘ ਜੀ ਖਾਲਸਾ ਕਪਾਲੀ ਆਸਣ ਲਾ ਕੇ, ਥੱਲੇ ਨੂੰ ਸੀਸ, ਉੱਪਰ ਨੂੰ ਚਰਨ ਕਰਕੇ ਦਰਖਤ ਦੇ ਨਾਲ ਲੱਗ ਕੇ ਖੜੇ। ਕਹਿੰਦੇ ਸੁੰਦਰ ਸਿੰਘ ਇਹ ਕੀ ਕਰਦਾ? ਕਹਿੰਦੇ ਮਹਾਰਾਜ ਜਿੱਧਰ ਦੇਖਦਾ ਗੁਰੂ ਨਾਨਕ ਜੀ ਦਿਖੀ ਜਾਂਦੇ, ਨਾ ਤਾਂ ਮੈਂ ਪੈ ਸਕਦਾ ਨਾ ਮੈਂ ਬਹਿ ਸਕਦਾ, ਮੈਂ ਤਾਂ ਨੂੰ ਕਰ ਲਈਆਂ ਲੱਤਾਂ। ਸੰਤ ਹੱਸ ਕੇ ਕਹਿੰਦੇ ਉਹ ਉਹਨਾਂ ਦੀ ਜੋਤ ਤਾਂ ਸਾਰੇ ਸਰੀਰ 'ਚ ਵੀ ਹੈ ਤੇਰੇ। ਫਿਰ ਇਉਂ ਇਹੀ ਜਿਹੀ ਅਵਸਥਾ ਬਣ ਜਾਂਦੀ, ਸਾਧੂ ਕਹਿ ਸੰਗ ਘੱਟ ਘੱਟ ਡੀਠਾ, ਘੱਟ ਘੱਟ ਮੈਂ ਹਰ ਜੂ ਵਸੈ ਸੰਤਨ ਕਹਿਓ ਪੁਕਾਰ। ਇਹ ਤਾਂ ਹਿਰਦਿਆਂ ਹਿਰਦਿਆਂ 'ਚ ਹੁਣ ਵੀ ਤੁਹਾਡੇ ਬੈਠਾ, ਪਰ ਆਪਾਂ ਉਹ ਅੰਦਰਲੇ ਨੂੰ ਦੇਖਣ ਦੀ ਜੇ ਬਾਹਰ ਨੂੰ ਦੇਖੀ ਜਾਂਦੇ ਸਾਰੇ ਜਾਣੇ। ਫਿਰ ਉਹਨਾਂ ਦੇ ਨਾਲ ਰਹਿ ਕੇ ਇੱਕ ਚੀਜ਼ ਸਿੱਖ ਜਾਂਦੇ ਆਪਾਂ, ਸਾਧ ਸੰਗ ਪਏ ਆਗਿਆਕਾਰੀ। ਗੁਰਮੁਖਾਂ ਦੀ, ਸਾਧੂ ਸੰਤਾਂ ਦੀ ਸੰਗਤ ਵਿੱਚ ਰਹਿਣ ਕਰਕੇ ਆਗਿਆਕਾਰੀ ਹੁਕਮੀ ਬੰਦੇ ਹੋ ਜਾਂਦੇ ਆ। ਇਹ ਤਾਂ ਇੱਥੇ ਤਾਂ ਕੋਈ ਮੰਨਦਾ ਹੀ ਨਹੀਂ, ਤਾਂ ਹੁਣ ਊਂ ਭੁੱਲ ਜਾਂਦੇ, ਕੋਈ ਗੱਲ ਕਹਿ ਦੀਏ ਭੁੱਲ ਹੀ ਜਾਂਦੇ ਨੇ। ਉਹਨਾਂ ਵੇਲੇ ਨਹੀਂ ਸੀ ਐਂ ਭੁੱਲੀ ਦੀ ਗੱਲ, ਉਹਨਾਂ ਨੇ ਇੱਕ ਗੱਲ ਕਹਿਤੀ, ਚਾਹੇ ਉਹ ਕੁਛ ਵੀ ਕਹਿਣ ਚਾਹੇ ਠੀਕ। ਉਹ ਰਾਤ ਨੂੰ ਕਈ ਵਾਰ ਘੁੱਟਣ ਲੱਗਣਾ, ਕਿਉਂ ਸਾਰਾ ਦਿਨ ਮਿਹਨਤ ਕਰਦਿਆਂ ਕਈ ਵਾਰ ਥੱਕ ਜਾਣਾ ਉਹਨਾਂ ਨੇ, ਚਰਨ ਚਾਪੀ ਕਰਨੀ ਸ਼ੁਰੂ ਕਰਨੀ। ਉਹਨਾਂ ਨੇ ਕਹਿਣਾ ਤੂੰ ਅੱਜ ਸਾਰੀ ਰਾਤ ਕੁੱਟੀ ਜਾਈਂ, ਅਸੀਂ ਕਹਿਣਾ ਸੱਤ ਵਜਨ, ਅਸੀਂ ਕੁੱਟੀ ਜਾਣਾ ਕੁੱਟੀ ਜਾਣਾ।
ਚੰਗਾ ਭਲਾ ਪਤਾ ਹੁੰਦਾ ਨਾਲੇ ਸਵੇਰੇ 4 ਵਜੇ ਉੱਠ ਕੇ ਜਾਣਾ, ਉਹ ਤੂੰ ਹਲੇ ਸੁੱਤਾ ਨਹੀਂ ਗਾ। ਮੈਂ ਕਿਹਾ ਤੁਸੀਂ ਕਿਹਾ ਸੀ ਸਵੇਰ ਸਾਰੀ ਰਾਤ ਕੁੱਟਣਾ। ਕਹਿੰਦੇ ਜਾ ਹੁਣ ਸੌਂ ਜਾ। ਇਹੀ ਸੰਤ ਕਰਤਾਰ ਸ਼ੁਰੂ ਕਰਦੇ ਸੀ, ਉਹਨਾਂ ਨੂੰ ਵੀ ਅਸੀਂ ਰਾਤ ਸਾਰੀ ਪੱਖਾ ਕਰੀ ਜਾਣਾ ਜਾਂ ਕੁੱਟੀ ਜਾਣਾ। ਹੁਣ ਉਹਨਾਂ ਦੇ ਨਾਲ ਰਹਿ ਕੇ ਇੱਕ ਚੀਜ਼ ਹੁੰਦੀ, ਬਸ ਉਹ ਇੱਕ ਚੀਜ਼ ਦੇਖਦੇ ਨੇ ਵੀ ਮੇਰਾ ਬਚਨ ਨਹੀਂ ਮੁੜਿਆ ਅੱਜ ਤੱਕ ਇਹਨੇ, ਚਾਹੇ ਮੈਂ ਪੁੱਠਾ ਸਿੱਧਾ ਜਾਣ ਕੇ ਵੀ ਕਹਿ ਕੇ ਦੇਖਿਆ। ਹੁਣ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਵੇਲੇ ਕੀ ਹੋਇਆ ਸੀ, ਕਹਿੰਦੇ ਉਹ ਕੌਲ ਚਿੱਕੜ 'ਚ ਡਿੱਗ ਪਿਆ, ਬੇਟਾ ਚੱਕ ਕੇ ਲਿਆਓ ਸ਼੍ਰੀ ਚੰਦ ਜੀ। ਮੈਂ ਕਹਿੰਦਾ ਲਓ ਮਹਾਰਾਜ ਮੇਰੀਆਂ ਲੱਤਾਂ ਲਿਬੜ ਜਾਣੀਆਂ। ਲਕਸ਼ਮੀ ਦਾਸ ਜੀ ਕਹਿੰਦੇ ਮੇਰਾ ਕੱਪੜੇ ਲਿਬੜ ਜਾਣਗੇ, ਸੰਗਤ ਕੀ ਕਹੂਗੀ, ਗੁਰੂ ਨਾਨਕ ਦੇਵ ਜੀ ਦਾ ਸਾਹਿਬਜ਼ਾਦਾ, ਮੇਰੇ ਐਡੇ ਸਿਲਕੀ ਕੱਪੜੇ ਪਾਏ ਹੋਏ ਨੇ, ਪਿਤਾ ਜੀ ਇੱਥੇ ਲੰਗਰ 'ਚ ਘਾਟਾ ਬਾਟਿਆਂ ਦਾ, ਐਵੇਂ ਇੱਕ ਕੌਲ ਪਿੱਛੇ ਹੁਣ ਮੈਂ ਵੜੂੰਗਾ। ਗੱਲ ਕੌਲ ਦੀ ਨਹੀਂ, ਗੱਲ ਤਾਂ ਬਚਨ ਦੀ, ਗੱਲ ਤਾਂ ਬਾਟੇ ਦੀ ਨਹੀਂ। ਪੁੱਤਰੀ ਕੌਲ ਨਾ ਪਾਲਿਓ, ਕੌਲ ਹੁੰਦਾ ਬਚਨ, ਕਰ ਪੀਰ ਹੋ ਕੰਨ ਮੁਰੱਟੀ ਹੈ, ਕੰਨ ਹੁੰਦਾ ਮੋਢਾ, ਮੁਰੱਟੀਆਂ ਦਾ ਮੋੜਨਾ, ਗੁਰੂ ਸਾਹਿਬ ਨੇ ਮੋਢਾ ਹੀ ਐਂ ਮੋੜ ਲਿਆ। ਚੰਗਾ ਪੁੱਤ ਪੁਰਖਾ, ਇੰਨੇ ਬਾਬਾ ਲੈਣ ਕੇ ਜਾ ਕੇ ਛਾਲ ਮਾਰੀ ਵਿੱਚ, ਇੰਨੇ ਨੇ ਚਿੱਕੜ 'ਚ ਛਾਲ ਮਾਰ ਕੇ ਕੌਲ ਕੱਢ ਕੇ ਲਿਆ ਕੇ ਮਾਂਝ ਕੇ ਧੋ ਕੇ ਲੱਤਾਂ ਧੋ ਕੇ ਮੂਹਰੇ ਰੱਖਤਾ। ਆ ਲਓ ਮਹਾਰਾਜ, ਹੁਣ ਜੇ ਆਪਾਂ ਆਪਣੀ ਬੁੱਧੀ ਵਰਤਣੀ ਆ, ਹੁਣ ਅੱਜ ਸਾਰੇ ਆਪਣੀ ਬੁੱਧੀ ਵਰਤਦੇ ਆ, ਇਹ ਆਗਿਆਕਾਰੀ ਨਹੀਂ, ਇਹ ਰੀਠਾ ਕਿਵੇਂ ਮਿੱਠਾ ਹੋ ਗਿਆ ਜੀ, ਉਹ ਪੰਜਾ ਕਿਵੇਂ ਲੱਗ ਗਿਆ ਜੀ, ਤਾਂ ਤੁਸੀਂ ਕਿਤੇ ਉਹਨਾਂ ਦੇ ਬਰਾਬਰ ਚਲੇ ਗਏ। ਇਹ ਸਾਰੀਆਂ ਗੱਲਾਂ ਦੇ ਉੱਤੇ ਕਿੰਤੂ ਪ੍ਰੰਤੂ ਜੇ ਉਹ ਕਰਦੇ, ਗੁਰੂ ਸਾਹਿਬ ਵੇਲੇ ਇਹ ਚੱਲਦਾ ਹੀ ਨਹੀਂ ਸੀਗਾ। ਕਹਿੰਦੇ ਪੁਰਖਾ ਤੂੰ ਝਾੜ ਕਿੱਕਰ, ਕਿੱਕਰ ਝਾੜੀ, ਬਰਸਾਤੀਆਂ ਜਲੇਬੀਆਂ ਲੱਡੂ ਮਠਿਆਈਆਂ ਖੁਰਮੇ ਮਖਾਣੇ ਸਭ ਭਰ ਕੇ ਢੇਰ ਲਾ ਦੇ, ਉਹ ਤਾਂ ਕਿੱਕਰ ਤੋਂ ਝਾੜੇ ਤਾਂ ਉੱਦਾਂ ਹੀ ਆ ਜਾਂਦੇ ਥਾਲ ਉੱਤੋਂ। ਜਦੋਂ ਰਾਮ ਰਾਏ ਨੂੰ ਭੇਜਿਆ ਸੀ ਔਰੰਗਜ਼ੇਬ ਕੋਲੇ, 72 ਵੱਡੀਆਂ ਕਰਾਮਾਤਾਂ, 144 ਤੱਕ ਕਰਾਮਾਤਾਂ ਦਿਖਾਈਆਂ ਸੀ ਗੁਰੂ ਸਾਹਿਬ ਦੇ ਹੁਕਮ ਨਾਲ, ਜਿਹਨੇ ਕਥਾ ਸੁਣੀ ਉਹਨੂੰ ਪਤਾ ਹੈ। ਔਰੰਗਜ਼ੇਬ ਕਹਿੰਦਾ ਮੈਨੂੰ ਹੁਣੇ ਆਹ ਫਲ ਮੰਗਾ ਕੇ ਦੋ, ਸੰਤਰੇ ਫਰੂਟ। ਰਾਮ ਰਾਏ ਜੀ ਨੇ ਐਂ ਕੀਤਾ, ਲਿਆਓ ਵੀ ਫਰੂਟ, ਆਹ ਟੋਕਰੀਆਂ ਢੇਰ ਲਾ ਤੇ ਉੱਥੇ। ਔਰੰਗਜ਼ੇਬ ਕਹਿੰਦਾ ਜੀ ਉੱਪਰ ਲੱਗਦੇ ਕਿੱਥੇ ਨੇ, ਕਹਿੰਦੇ ਉਹ ਵੀ ਦੇਖ ਲੈ ਮਾਰਨੇਗਾ। ਉੱਥੇ ਅੱਗ ਬਲੇ ਅਤੇ ਅੱਗ ਦੇ ਉੱਤੇ ਬਾਗ ਲੱਗੇ ਦਿਖਾ ਤੇ, ਕਹਿੰਦੇ ਥੱਲੇ ਅੱਗ ਬਲਦੀ ਉੱਤੇ ਬਾਗ ਲੱਗੇ, ਕਹਿੰਦੇ ਤੂੰ ਕੀ ਲੈਣਾ, ਤੂੰ ਬਸ ਬਾਗ ਦੇਖ। ਕਹਿੰਦਾ ਮੈਨੂੰ ਤਾਂ ਬਿਜੌਰ ਦੀਆਂ ਦਾਖਾਂ ਮੰਗਾ ਕੇ ਦਿਓ, ਉੱਥੇ ਬੈਠੇ ਨੇ ਮੰਗਾਤੀਆਂ। ਆ ਗੁਰਦੁਆਰਾ ਮਾਈਨੂ ਦਾ ਟਿੱਲਾ ਦਿੱਲੀ ਜਾ ਕੇ ਦੇਖੋ, ਉੱਥੇ ਖੂਹ ਹੈ ਹੁਣ ਤੱਕ, ਖੂਹ ਦੇ ਉੱਤੇ ਕੱਪੜਾ ਵਿਛਾਤਾ, ਕਿਹੜਾ ਪਤਾ ਲੱਗਣਾ, ਕਹਿੰਦੇ ਵਿੱਚ ਡਿੱਗ ਪਊਗਾ ਆਪੇ, ਜਾ ਕੇ ਕੱਪੜੇ ਦੇ ਉੱਤੇ ਬੈਠ ਕੇ ਕੁਛ ਵੀ ਨਹੀਂ ਹੋਇਆ। ਗੁਰੂ ਗ੍ਰੰਥ ਸਾਹਿਬ ਦਾ ਪੱਤਰਾ ਐਂ ਚਾਦਰ ਦੇ ਥੱਲੇ ਵਿਛਾ ਰੱਖ ਕੇ, ਉੱਤੇ ਚਾਦਰ ਵਿਛਾ ਤੀ। ਰਾਮ ਰਾਏ ਨੂੰ ਕਹਿੰਦੇ ਇੱਥੇ ਬਹਿ ਜਾਓ, ਕਹਿੰਦੇ ਪਰਖ ਲੈਂਦੇ ਇਹਨੂੰ ਪਤਾ ਲੱਗਦਾ ਭਲਾ ਦੀ। ਰਾਮ ਰਾਏ ਜੀ ਗਏ, ਉਹਨਾਂ ਨੇ ਚਾਦਰ ਚੱਕੀ, ਝਾੜੀ, ਕਹਿੰਦੇ ਆਹ ਪੱਤਰਾ ਐਂ ਬਾਣੀ ਦੀ ਬੇਅਦਬੀ ਨਹੀਂ ਕਰੀ ਦੀ। ਬਹੁਤ ਕਰਾਮਾਤਾਂ ਦਿਖਾਈਆਂ ਨਰੰਗੇ ਨੂੰ, ਪਰ ਜਿਨ੍ਹਾਂ ਨੇ ਨਹੀਂ ਪਤੀਜਣਾ ਉਹਨਾਂ ਨੇ ਪਤੀਜਣਾ ਹੀ ਨਹੀਂ ਹੈਗਾ, ਉਹਨਾਂ ਨੇ ਤਾਂ ਮਰਨਾ ਹੀ ਮਰਨਾ। ਇਹਨਾਂ ਨੂੰ ਤਾਂ ਭਾਵੇਂ ਗੁਰੂ ਨਾਨਕ ਦੇਵ ਜੀ ਅੱਜ ਵੀ ਸਾਰਾ ਕੁਝ ਦਿਖਾ ਦੇਣ, ਪਰ ਇਹਨਾਂ ਨੇ ਤਸੱਲੀ ਨਹੀਂ, ਇਹਨਾਂ ਦੀ ਹੋਣੀ ਹੀ ਨਹੀਂ ਤਸੱਲੀ, ਕੋਈ ਤਸੱਲੀ ਕਰਾ ਹੀ ਨਹੀਂ ਸਕਦਾ ਇਹਨਾਂ ਦੀ। ਪਰ ਸਤਿਗੁਰੂ ਮਹਾਰਾਜ ਕਹਿੰਦੇ ਸਾਧੂ ਦੀ ਸੰਗਤ ਕਰਕੇ, ਸਾਧ ਸੰਗਤ ਵਿੱਚ ਆ ਕੇ ਆਗਿਆਕਾਰੀ ਹੋ ਜਾਂਦਾ, ਤੁਮ ਤੇ ਹੋਏ ਸੋ ਆਗਿਆਕਾਰੀ, ਆਗਿਆਕਾਰੀ ਹੋ ਜਾਂਦਾ, ਆਗਿਆਕਾਰੀ ਬੱਪਰਾ ਜੀਓ, ਆਗਿਆਕਾਰੀ ਬਣਨ ਵਿੱਚ ਹੀ ਫਾਇਦਾ ਹੈ। ਬੜੀਆਂ ਗੱਲਾਂ ਹੋ ਜਾਂਦੀਆਂ, ਕਿਉਂਕਿ ਮਹਾਂਪੁਰਖਾਂ ਦਾ ਰਹਿ ਕੇ ਚੀਜ਼ਾਂ ਸਿੱਖਣੀਆਂ ਪੈਂਦੀਆਂ। ਗੁਰੂ ਸਾਹਿਬਾਂ ਵੇਲੇ ਇਹੀ ਚੀਜ਼ ਸੀ, ਆਗਿਆ ਬਸ, ਜਿਨ੍ਹਾਂ ਨੇ ਆਗਿਆ ਸਮ ਨਹੀਂ ਸਾਹਿਬ ਸੇਵਾ, ਬਸ ਆਗਿਆ ਨੂੰ ਮੰਨਣਾ ਹੈ। ਗੁਰੂ ਅਮਰਦਾਸ ਮਹਾਰਾਜ ਨੇ ਜਦ ਪਰਖ ਲਈ ਰਾਮਾ ਜੀ, ਸੋ ਬੀਬੀ ਦਾਨੀ ਜੀ ਦੇ ਪਤੀ, ਬੀਬੀ ਭਾਨੀ ਦੇ ਪਤੀ ਭਾਈ ਜੇਠਾ ਜੀ ਗੁਰੂ ਰਾਮਦਾਸ ਮਹਾਰਾਜ, ਹੁਣ ਗੁਰਤਾ ਗੱਦੀ ਬਖਸ਼ਿਸ਼ ਕਰਨੀ ਸੀ, ਕਹਿੰਦੇ ਦੇਣੀ ਤਾਂ ਗੁਰੂ ਰਾਮਦਾਸ ਜੀ ਨੂੰ ਗੁਰਤਾ ਗੱਦੀ ਆ, ਪਰ ਇਹ ਫਿਰ ਕਿਤੇ ਰਾਮਾ ਜੀ ਕੱਲ੍ਹ ਨੂੰ ਐਂ ਨਾ ਕਹਿਣ ਮੈਂ ਵੱਡਾ ਸੀਗਾ ਘਰ 'ਚ ਜਮਾਈ ਅਤੇ ਮੈਨੂੰ ਨਹੀਂ ਦਿੱਤੀ। ਪਹਿਲਾਂ ਪਰਖ ਲੈਂਦੇ ਨੇ, ਕਹਿੰਦੇ ਥੜਾ ਬਣਾਓ ਤੁਸੀਂ ਦੋਨੋਂ ਜਾਣੇ। ਸੋ ਹਜੇ ਸੰਤ ਦੇ ਤੇ ਗਾਰਾ ਨਾਲ ਸਾਰੇ ਦੇਣ ਲੱਗ ਪਏ, ਇੱਟਾਂ ਚਿਣ ਚਿਣ ਕੇ ਥੜਾ ਬਣਾਇਆ, ਕਹਿੰਦੇ ਨਹੀਂ ਟੇਢੇ ਬਣੇ ਆ, ਠੀਕ ਹੈ ਢਾਓ, ਢਾਹਤੇ ਨੇ, ਫਿਰ ਬਣਾਓ, ਫਿਰ ਕਹਿੰਦੇ ਨਹੀਂ ਠੀਕ ਨਹੀਂ ਬਣੇ, ਤੀਜੀ ਵਾਰ ਫਿਰ ਬਣਾਓ, ਕਹਿੰਦੇ ਠੀਕ ਨਹੀਂ ਬਣੇ। ਰਾਮਾ ਜੀ ਖਿੱਚ ਕੇ ਉਹ
ਕਾਂਡੀ ਦੇਸੀ ਜੀ ਵਗਾ ਕੇ ਮਾਰੀ, ਤੁਸੀਂ ਹੋ ਗਏ ਬੁੜੇ, ਹੁਣ ਤੁਹਾਨੂੰ ਲੱਗਦਾ ਨਹੀਂ ਪਤਾ ਕਿਸੇ ਗੱਲ ਦਾ, ਐਵੇਂ ਵੀ ਟੇਢਾ ਹੁਣ ਟੇਢਾ ਕੀ ਟੇਢਾ, ਸਿੱਧਾ ਤਾਂ ਹੈ ਚੰਗਾ ਭਲਾ। ਉਹ ਖਿੱਚ ਖਪ ਕੇ ਤੁਰ ਗਿਆ ਗੁਰੂ ਰਾਮਦਾਸ ਮਹਾਰਾਜ ਨੂੰ, ਉਹਨਾਂ ਦੋਨਾਂ ਨੂੰ ਕਿਹਾ ਚੌਥਾ ਬਣਾਓ। ਗੁਰੂ ਸਾਹਿਬ ਕਹਿੰਦੇ ਆਪਾਂ ਤਾਂ ਹੈ ਹੀ ਗੋਲੀ ਕੀ ਅਤੇ ਹੁਣ ਨਖਰੇ ਕੀ ਵਾਲਾ ਕੰਮ ਹੋ ਗਿਆ, ਗੋਲੀ 'ਚ ਨੌਕਰ ਕੀ ਅਤੇ ਨਖਰਾ ਕੀ ਵਾਲਾ ਕੰਮ ਹੈ। ਉਹਨਾਂ ਨੇ ਫਿਰ ਥੜਾ ਬਣਾਤਾ। ਗੁਰੂ ਰਾਮਦਾਸ ਮਹਾਰਾਜ ਤੀਜੇ ਪਾਤਸ਼ਾਹ ਕਹਿੰਦੇ ਬਸ ਠੀਕ ਆ, ਇਹ ਚੌਥਾ ਥੜਾ ਤੁਹਾਡਾ ਹੀ ਆ, ਤੁਸੀਂ ਚੌਥੇ ਸਰੂਪ 'ਚ ਹੁਣ ਪ੍ਰਗਟ ਹੋਣਾ। ਸਤਿਗੁਰ ਨੇ ਕਈ ਪ੍ਰਕਾਰ ਦੀਆਂ ਪਰਖਾਂ ਲਈਆਂ ਨੇ, ਪਹਿਲੇ ਪਾਤਸ਼ਾਹ ਤੋਂ ਲੈ ਕੇ ਅਖੀਰ ਤੱਕ ਮੁਰਦਾ ਖਵਾਉਣ ਤੱਕ, ਗੁਰੂ ਬਾਬਾ ਲਹਿਣਾ ਜੀ ਤੱਕ ਪਰਖਾਂ ਹੋਈਆਂ ਨੇ। ਇਹ ਵੀ ਫਿਰ ਪਰਖ ਸੀ ਤਕੜੀ, ਉੱਠੋ ਇੱਕ ਸੀਸ ਦੀ ਲੋੜ ਹੈ, ਇੱਕ ਸਿੱਖ ਆਪਣਾ ਸਿਰ ਦਿਓ। ਉਹ ਵੀ ਪਰਖ ਹੀ ਸੀ, 8 ਮਹੀਨੇ ਅਨੰਦਪੁਰ ਸਾਹਿਬ ਘੇਰਾ ਪਿਆ ਰਿਹਾ, ਉਹ ਵੀ ਪਰਖ ਸੀ। 40 ਨੇਤਰੇ ਸੀ, 660 ਜਾਣੇ ਲਿਖ ਕੇ ਦੇ ਗਏ ਸੀ, ਤੇਰੇ ਸਿੱਖ ਨਹੀਂ ਸਾਡਾ ਗੁਰੂ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਨੇ ਉਹ ਪਰਖਾਂ ਲਈਆਂ, ਆਗਿਆਕਾਰੀ ਸਿੱਖ। ਬਸ ਇਹ ਹੁੰਦਾ ਜਿਹੜਾ ਆਗਿਆਕਾਰੀ ਬਣ ਜੇ, ਆਗਿਆਕਾਰੀ ਬੱਪਰਾ ਜੀਓ, ਆਗਿਆਕਾਰੀ ਬਣਨਾ ਬਹੁਤ ਵੱਡੀ ਗੱਲ ਹੁੰਦੀ ਹੈ। ਊਈਂ ਕਹਿ ਦੇਣਗੇ ਤੂੰ ਇੱਥੇ ਖੜਾ ਰਹਿ ਸਾਰੀ ਰਾਤ, ਤੂੰ ਸਾਰੀ ਰਾਤ ਅਜਿਹਾ ਕਰਨਾ, ਤੂੰ ਉੱਥੇ ਫਲਾਣੇ ਥਾਂ ਜਾ ਕੇ ਆਉਣਾ, ਬਸ ਉਹ ਤੁਰੇ ਹੀ ਰਹਿਣਾ, ਤੁਰੇ ਹੀ ਰਹਿਣਾ, ਬਸ ਅੱਗੇ ਜਵਾਬ ਨਹੀਂ ਦੇਣਾ ਇਹ ਕਿਉਂ, ਇਹ ਕਿਵੇਂ, ਇਹ ਕਾਹਦੇ ਲਈ। ਉਹ ਕਹਿੰਦੇ ਫਿਰ ਉਹਦੇ ਨਾਲ ਰਹਿ ਰਹਿ ਕੇ ਆਗਿਆਕਾਰੀ ਹੋ ਜਾਂਦਾ। ਜਦੋਂ ਸਿੱਖ ਰਹਿ ਰਹਿ ਕੇ ਸਾਧ ਸੰਗਤ ਵਿੱਚ ਆਗਿਆਕਾਰੀ ਬਣ ਜੇ, ਮਹਾਂਪੁਰਸ਼ਾਂ ਦਾ ਰਹਿ ਕੇ ਆਗਿਆਕਾਰੀ ਬਣ ਜੇ, ਫਿਰ ਉਹ ਗੁਰੂ ਸਾਹਿਬ ਦਾ ਵੀ ਆਗਿਆਕਾਰੀ ਹੋ ਜਾਂਦਾ। ਫਿਰ ਆਗਿਆ ਆ ਇਹ ਹੁਣ ਆਗਿਆ ਹੀ ਸੀ, ਯਹੀ ਮੋਰ ਆਗਿਆ ਸੁਣੋ ਹੈ ਪਿਆਰੇ, ਬਿਨਾਂ ਸ਼ਸਤਰ ਕੇ ਸੰਨ ਦੇਵੋ ਦਿਦਾਰੇ। ਇਹ ਆਗਿਆ ਹੈ ਕਿ ਆਗਿਆ ਪਈ ਅਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਆਹ ਇਹ ਆਗਿਆ ਹੈ ਕਿ ਤੂੰ ਅੰਮ੍ਰਿਤ ਛਕਣਾ, 5 ਕਕਾਰ ਪਹਿਨਣੇ ਨੇ, ਮੈਂ ਦੇਖਦਾ ਮੇਰੀ ਆਗਿਆ ਮੰਨਦੇ। ਇਹ ਕਹਿੰਦੇ ਉਹ ਕਿਰਪਾਨ ਦੀ ਕੀ ਲੋੜ ਹੈ ਜੀ, ਹੁਣ ਤਾਂ ਬੰਬ ਨਿਕਲਿਆ ਹੈ, ਹੁਣ ਤਾਂ ਟੈਂਕ ਚੱਲ ਪਏ, ਚਲੋ ਹੁਣ ਮੈਂ ਕੀ ਕਹਿਣਾ, ਕੰਮ ਤਾਂ ਇਹੀ ਆਉਣੀ ਗਾਹਾਂ। ਆਇਨਸਟਾਈਨ ਜਿਹੜਾ ਐਡਾ ਵੱਡਾ ਹੋਇਆ, ਜਿਹਨੇ ਐਟਮ ਬੰਬ ਦੀ ਕਾਢ ਕੱਢੀ ਹੈ, ਇਹ ਤਾਂ ਉਹ ਲਿਖ ਗਿਆ ਹੈ, ਕਹਿੰਦਾ ਤੀਜੀ ਵਰਲਡ ਵਾਰ ਨਿਊਕਲੀਅਰ ਵਾਰ ਹੋਊਗੀ, ਪਰ ਚੌਥੀ ਜਿਹੜੀ ਵਰਲਡ ਵਾਰ ਹੋਣੀ ਉਹ ਡੰਡਿਆਂ ਸੋਟਿਆਂ ਦੀ ਹੋਣੀ ਆ, ਉਹ ਵੀ ਹੋਣੀ ਆ ਤੁਹਾਡੇ ਸਾਹਮਣੇ ਹੀ ਹੋਣੀ ਆ, ਤੁਸੀਂ ਦੇਖ ਤੁਹਾਡੇ ਅੱਖਾਂ ਨਾਲ ਹੀ ਤੁਸੀਂ ਦੇਖਣਾ ਸਾਰਾ ਕੁਛ। ਜਿਹੜੇ ਉਰੇ ਪੜ੍ਹੇ ਲਿਖੇ ਬੈਠੇ ਆ, ਜਿਹਨਾਂ ਨੂੰ ਪਤਾ ਗੂਗਲ 'ਤੇ ਕੀ ਆ ਰਿਹਾ ਅੱਜ ਕੱਲ੍ਹ, ਉਹਨਾਂ ਨੂੰ ਪਤਾ ਕੀ ਆ ਰਿਹਾ। ਜਿਹੜੇ ਕਾਫੀ ਇੰਟਰਸਟਡ ਨੇ ਇਸ ਸਾਈਡ ਨੂੰ, ਜਿਹੜੇ ਸਾਇੰਸ ਦੀ ਕਾਫੀ ਖੋਜ ਕਰ ਰਹੇ, ਉਹਨਾਂ ਨੂੰ ਪਤਾ ਵੀ ਕੀ ਹੋਣ ਵਾਲਾ, ਸਾਰਿਆਂ ਨੂੰ ਨਹੀਂ ਪਤਾ, ਸਾਰੇ ਤਾਂ ਚੁੱਪ ਕਰਕੇ ਬੈਠੇ ਆ। ਇਸ ਕਰਕੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ, ਸੂਰਜ ਨੇ ਇੱਕ ਪੂਰਾ ਗ੍ਰਹਿ ਹੀ ਐਂ ਖਾ ਲਿਆ, ਹੁਣ ਇੱਦਾਂ ਹੀ ਐਂ ਗੈਸ ਨਿਕਲੀ, ਗ੍ਰਹਿ ਨੂੰ ਜੱਫੀ ਪਾਈ ਅਤੇ ਅੰਦਰ ਨੂੰ ਹੀ ਵਾੜ ਕੇ ਲੈ ਗਿਆ ਆਪਣੇ, ਆਉਣਾ ਤਾਂ ਐਨੂੰ ਸੀ, ਚਲਿਆ ਆਉਣ ਨੂੰ ਗਿਆ ਉਹ। ਦੇਖੋ ਪੂਰਾ ਗ੍ਰਹਿ ਖਾ ਗਿਆ ਇੱਕ, ਉਹ ਖਤਮ ਕਰਤਾ। 21 ਜੁਲਾਈ ਨੂੰ ਇੱਧਰ ਨੂੰ ਆਉਣੀ ਸੀ ਉਹ 2010 ਵਿੱਚ ਅਸੀਂ ਪੜ੍ਹ ਲਿਆ ਸੀ, 11  'ਚ ਵੀ ਪੜ੍ਹ ਲਿਆ ਸੀ, ਇੱਧਰ ਨੂੰ ਖਤਰਾ, ਉਹ ਰੱਬ ਦੀ ਮਰਜ਼ੀ, ਉਹ ਪਰਿਓ ਜੋ ਕਰਕੇ ਉਹਨੂੰ ਖਾ ਗਿਆ, ਇੱਧਰ ਨੂੰ ਆਈ ਨਹੀਂ ਉਹ ਚੀਜ਼, ਧਰਤੀ ਨੂੰ ਵੀ ਖਾ ਸਕਦਾ ਸੀ ਉਹ। ਇਸ ਕਰਕੇ ਰੱਬ ਤੋਂ ਡਰੋ, ਆਗਿਆਕਾਰੀ ਹੋ ਕੇ ਚੱਲੋ, ਅੱਗੋਂ ਹੀਲ ਹੁਕਜਤ ਕਰਨੀ, ਅੰਮ੍ਰਿਤ ਦੀ ਕੀ ਲੋੜ ਆ ਜੀ, ਹੁਣ ਇਹਦੀ ਕੀ ਲੋੜ ਆ ਜੀ, ਕੇਸਾਂ ਦੀ ਕੀ ਲੋੜ ਆ ਜੀ, ਉਹਨਾਂ ਨੇ ਕਿਹੜਾ ਇੰਨੇ ਕਹੇ ਸੀ, ਤੁਸੀਂ ਕਿਤੇ ਫਿਰ ਕਾਮਯਾਬ ਹੋ ਜਾਓਗੇ, ਫਿਰ ਸਾਰੀ ਜ਼ਿੰਦਗੀ ਲਈ ਫੇਲ ਹੋ ਗਿਆ ਬੰਦਾ ਜਿਹੜਾ ਕਕਾਰਾਂ 'ਤੇ ਕਿੰਤੂ ਕਰਦਾ। ਇਹਦੀ ਲੋੜ ਨਹੀਂ ਜੀ, ਇਹ ਤਾਂ ਖਾਣਾ ਚਾਹੀਦਾ ਜੀ, ਝਟਕਾ ਫਲਾਨਾ ਢਿਮਕਾ, ਉਹ ਪੱਤੇ ਖਾਣ ਨੂੰ ਤਿਆਰ ਰਹੋ, ਪੱਤੇ, ਝਟਕਾ ਤਾਂ ਬਹੁਤ ਦੂਰ ਦੀ ਗੱਲ ਹੈ, ਪੱਤੇ ਖਾਣ ਦੀ ਪ੍ਰੈਕਟਿਸ ਕਰੋ, ਪਾਣੀ ਪੀਣ ਦੀ ਪ੍ਰੈਕਟਿਸ ਕਰੋ ਛੱਪੜਾਂ ਦਾ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਸਾਧ ਸੰਗ ਗਤ ਪਈ ਹਮਾਰੀ, ਸੰਤਾਂ ਦੇ ਸੰਗ ਕਰਕੇ, ਕਹਿੰਦੇ ਸਾਧੂ ਦੀ ਸੰਗ ਕਰਕੇ ਸਾਡੀ ਗਤ ਹੋ ਗਈ, ਮੁਕਤੀ ਹੋ ਗਈ ਉਹਨਾਂ ਨਾਲ ਮਿਲਣੇ ਕਰਕੇ, ਕਿਉਂ ਉਹਨਾਂ ਨਾਲ ਰਹਿਣ ਕਰਕੇ ਕਾਫੀ ਵੱਡਾ ਲਾਭ ਹੋ ਜਾਂਦਾ ਹੈ, ਸੁੱਤੇ ਸਿੱਧੀ ਉਧਾਰ ਕਰ ਦਿੰਦੇ ਨੇ ਉਹ। ਜਿਨ੍ਹਾਂ ਨੇ ਪ੍ਰਾਪਤੀ ਕਰ ਲਈ ਹੁਣ, ਉਹਨਾਂ ਨੂੰ ਅਸੀਂ ਸਿਰਫ ਕੀ ਕਰਦੇ ਸੀ, ਬਸ ਟਾਈਮ ਸਿਰ ਪ੍ਰਸ਼ਾਦਾ, ਉਹਨਾਂ ਨੇ ਇਸ਼ਨਾਨ ਕਰ ਲੈਣਾ, 5-6 ਜਾਣੇ ਸੇਵਾ 'ਚ ਹੁੰਦੇ, ਇੱਕ ਨੇ ਕਸ਼ਹਿਰਾ ਧੋਤਾ ਸੁੱਕਣਾ ਪਾਤਾ, ਦੂਜੇ ਨੇ
ਚੋਲਾ ਧੋਤਾ ਪ੍ਰੈਸ ਕਰਕੇ ਰੱਖਣਾ ਕਥਾ ਤੋਂ ਪਹਿਲਾਂ ਸੀ। ਹਾਂਜੀ ਇਹ ਹੁਣ ਪ੍ਰਸ਼ਾਦਾ ਛਕਾਉਣਾ, ਇੱਕ ਨੇ ਹੱਥ ਧੋਣੇ, ਇੱਕ ਨੇ ਭੱਜ ਕੇ ਪ੍ਰਸ਼ਾਦਾ ਲਿਆਉਣਾ, ਦੂਜੇ ਨੇ ਛਕਾਉਣਾ। ਉਹ ਬਸ ਸੇਵਾ 'ਚ ਹੀ ਹੈ, ਸੇਵਾ 'ਚ ਹੀ ਸਭ ਕੁਝ ਮਿਲ ਜਾਂਦਾ। ਉਹ ਖੁਸ਼ ਹੋ ਜਾਂਦੇ ਨੇ, ਇਹ ਇਹਨਾਂ ਨੂੰ ਖੁਸ਼ ਕਰਨਾ ਸੌਖਾ ਹੁੰਦਾ ਸਾਧੂ ਮਹਾਤਮਾ ਨੂੰ। ਸੰਤ ਕਰਤਾਰ ਸਿੰਘ ਹੁਣੀ ਇੱਕ ਗੱਲ ਕਹਿੰਦੇ, ਮੈਨੂੰ ਪ੍ਰਸ਼ਾਦਾ ਸਿੱਧਾ ਤਵੇ ਤੋਂ ਆਵੇ, ਬਸ ਫੁੱਲਿਆ ਹੋਇਆ ਗਰਮ, ਇਹ ਮੇਰੀ ਡਿਊਟੀ ਸੀ। ਬਸ ਮੈਂ ਫੁੱਲਿਆ ਹੀ ਲਿਆਉਣਾ, ਹਰੀ ਮਿਰਚ ਪੱਕੀ ਮੇਰੀ ਬਈ, ਹਰੀ ਮਿਰਚ ਨਾ ਨਾ ਦਿੱਤੀ ਦੇਖ ਲਾ, ਫਿਰ ਮੈਂ ਜੇਬ 'ਚ ਹੀ ਰੱਖਦਾ ਹੁੰਦਾ ਸੀ। ਜਦੋਂ ਉਹਨੇ ਪਹਿਲੀ ਬੁਰਕੀ ਪਾ ਕੇ ਐਂ ਝੱਕਣਾ, ਹੈਗੀ ਹੈਗੀ ਮੈਂ ਹੁਣੇ ਲਓ ਜੀ, ਇੰਨੀ ਗਲਤੀ ਖੁਸ਼ ਹੋ ਜਾਂਦੇ ਵੀ ਮੇਰੀ ਬੜੀ ਸੇਵਾ ਕੀਤੀ। ਹੋਰ ਇਹਨਾਂ ਨੇ ਕੀ ਮੰਗਣਾ ਆਪਣੇ ਤੋਂ, ਜੋੜਾ ਝਾੜ ਕੇ ਰੱਖ ਦੇਣਾ, ਹੱਥ ਪੈਰ ਧੁਆ ਆਉਣੇ, ਉਹਨਾਂ ਦੀ ਹਰ ਇੱਕ ਫੀਲਿੰਗ ਨੂੰ ਜਾਣ ਲੈਣਾ ਕਿ ਹੁਣ ਇਹ ਇਸ ਟਾਈਮ ਆਹ ਕਰਨਗੇ, ਇਸ ਟਾਈਮ ਆਹ ਸੋਚਦੇ ਨੇ, ਆਹ ਉਹ ਆਹ ਚਾਹੁੰਦੇ ਨੇ। ਸਾਧੂ ਪੂਰਨ ਪੁਰਖ ਦੇ ਕੋਲ ਰਹਿ ਕੇ ਉਹਦੀ ਸੇਵਾ ਕਰੀ ਜਾਓ, ਬਸ ਉਹ ਕੋਲ ਰਹਿਣ ਨਾਲ ਹੀ ਖੁਸ਼ ਹੋ ਜਾਂਦੇ ਨੇ। ਇਹੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ। ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਖੁਸ਼ੀ ਲੈਣੀ ਜਿਹਨਾਂ ਦੇ ਘਰੇ ਪ੍ਰਕਾਸ਼ ਹੈ, ਅਤੇ ਆਹ ਰੁਮਾਲਾ ਜਿਹਨੇ ਡੇਲੀ ਧੋਈ ਜਾਊ, ਰੋਜ਼ ਸੁੱਖਾ ਸੁਹਾਣਾ ਧੋ ਕੇ ਪ੍ਰੈਸ ਕਰਕੇ ਖੁਸ਼ਬੂ ਲਾ ਕੇ ਰੋਜ਼ ਮੱਲ, ਹਰਿਮੰਦਰ ਸਾਹਿਬ ਇਹੀ ਚੀਜ਼ ਹੁੰਦੀ ਰੋਜ਼। ਉੱਥੇ ਪੰਜ ਰੁਮਾਲੇ ਸੁਖਾਸਨ ਦੇ ਲੱਗਦੇ ਨੇ, ਔਰ ਚੌਰ ਸਾਹਿਬ ਰੋਜ਼ ਧੋਈ ਜਾਓ। ਕਿੰਨੀ ਸੇਵਾ ਜਿੰਨੀ ਮਰਜ਼ੀ ਕਰੀ ਜਾਓ, ਪਾਲਕੀ ਰੋਜ਼ ਸਾਫ਼ ਕਰ ਦਿਓ, ਉਹ ਕਰ ਦਿਓ। ਗੁਰੂ ਗ੍ਰੰਥ ਸਾਹਿਬ ਦੇ ਤੁਸੀਂ ਦੇਖੋ 6 ਮਹੀਨਿਆਂ ਵਿੱਚ ਸਾਲਟ ਇੰਨੀ ਕਿਰਪਾ ਕਰ ਦੇਣਗੇ ਤੁਹਾਡੇ 'ਤੇ, ਤੁਸੀਂ ਹੈਰਾਨ ਹੋ ਜਾਓਗੇ। ਅਸੀਂ ਕਦੇ ਹੱਥੀਂ ਸੇਵਾ ਹੀ ਨਹੀਂ ਕੀਤੀ। ਮੈਂ ਕਈਆਂ ਨੂੰ ਪੁੱਛਦਾ, ਅਤੇ ਪੰਜ ਸਿੰਘਾਂ ਨੂੰ ਕਦੇ ਪ੍ਰਸ਼ਾਦਾ ਛਕਾਇਆ? ਨਾ ਜੀ। ਕਦੇ ਚੌਰ ਧੋਤਾ? ਨਾ ਜੀ। ਕਦੇ ਰੁਮਾਲਾ ਧੋਤਾ? ਕੁਛ ਵੀ ਨਹੀਂ ਕੀਤਾ ਹੈ। ਕਾਹਦੇ ਸਿੱਖ ਹੋ ਤੁਸੀਂ? ਕਿਹੜੀ ਸੇਵਾ ਕਰਦੇ ਤੁਸੀਂ? ਨਾ ਕਿਸੇ ਸਾਧੂ ਸੰਤ ਦੀ ਸੇਵਾ ਕੀਤੀ ਆ, ਨਾ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕੀਤੀ ਆ, ਕੁਛ ਵੀ ਨਹੀਂ ਹੈਗਾ। ਸੁਚੇਤ ਹੋ ਕੇ ਸੇਵਾ ਕਰਨੀ ਚਾਹੀਦੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ। ਜਿਹਨਾਂ ਜਿਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਸੁਚੇਤ ਹੋ ਕੇ ਸੇਵਾ ਕੀਤੀ ਹੈ, ਸਾਧ ਸੰਗਤ, ਉਹ ਖੱਟ ਕੇ ਬਹੁਤ ਕੁਛ। ਮਹਾਰਾਜ ਤਾਂ ਕਹਿੰਦੇ ਜਿਹੜਾ ਕਰ ਲੂਗਾ ਉਹ ਲੈ ਜੂਗਾ, ਜੇ ਨਾ ਕਰੂਗਾ ਭਾਈ ਸਾਨੂੰ ਤਾਂ ਕੋਈ ਫਰਕ ਨਹੀਂ ਪੈਂਦਾ, ਉਹ ਮਹਾਰਾਜ ਨੂੰ ਕੋਈ ਫਰਕ ਨਹੀਂ ਪੈਂਦਾ। ਹੁਣ ਲੋਕ ਸਾੜੀ ਵੀ ਜਾਂਦੇ, ਪਾੜੀ ਵੀ ਜਾਂਦੇ ਨੇ, ਸਭ ਕੁਝ ਕਰੀ ਜਾਂਦੇ ਨੇ, ਉਹ ਹਜੇ ਫਲ ਲੈ ਜਾਣਗੇ। ਜਿਹੜਾ ਜਿਹੀ ਜਿਹੀ ਸੇਵਾ ਕਰਦਾ ਉਹਨੂੰ ਉਹ ਜਿਹੀ ਗੁਰੂ ਗ੍ਰੰਥ ਸਾਹਿਬ ਫਲ ਦੇਈ ਜਾਂਦੇ ਨੇ। ਭਾਵਨਾ ਹੀ ਰੱਖ ਲਓ ਵੀ ਨਿਰੰਕਾਰ ਜੀ ਬੈਠੇ ਨੇ, ਆਪ ਸੱਚੇ ਪਾਤਸ਼ਾਹ ਬੈਠੇ ਨੇ, ਆਪ ਨਾਰਾਇਣ ਕਲਾ ਤਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋ ਜਗ ਮੰਡਲ ਕਰਿਓ। ਸੇਵਾ ਹੀ ਕਰੀ ਜਾਓ, ਚੌਰ ਹੀ ਕਰੀ ਜਾਓ ਬੈਠੇ ਹੋ ਨਹੀਂ ਜੇ। ਦੇਖੋ ਮਹਾਂਪੁਰਖ ਕਿੱਡੇ ਕਿੱਡੇ ਹੋਏ ਸਾਰੇ, ਬਾਬਾ ਆਤਰ ਸਿੰਘ ਜੀ 12 ਘੰਟੇ ਤਾਬਿਆ ਬਹਿੰਦੇ ਸੀ ਰੋਜ਼, ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲੇ ਘੰਟਾ ਕੁ ਸੌਂਦੇ ਸੀ, ਤੇ ਫਿਰ ਚੌਰ ਰਾਤ ਨੂੰ ਪੱਖਾ ਗੁਰੂ ਗ੍ਰੰਥ ਸਾਹਿਬ ਨੂੰ ਕਰੀ ਜਾਣਾ। ਇਹ ਹੋਣ ਵਾਲੇ ਮਖੌਲ ਕਰਦੇ, ਕਹਿੰਦੇ ਇੱਡੇ ਭੈੜੇ ਲੋਕ ਨੇ, ਉਹ ਬਾਬਾ ਜੀ ਇੰਨੀ ਸੇਵਾ ਕਰਦੇ, ਕਹਿੰਦੇ ਕਿਤੇ ਮਹਾਰਾਜ ਨੂੰ ਲੈਟਰ ਨਾ ਲੈ ਜਾਓ ਚੱਕ ਕੇ ਖੇਤਾਂ ਨੂੰ, ਇਹੀ ਗੱਲਾਂ ਕਰਦੇ ਨੇ। ਸਿੱਖ ਦੀ ਇੱਕ ਸ਼ਰਧਾ ਹੁੰਦੀ ਹੈ, ਸ਼ਰਧਾ ਵਿਸ਼ਵਾਸ ਵਿੱਚੋਂ ਪਾਇਆ। ਬਾਬਾ ਆਨੰਦ ਸਿੰਘ ਦਾ ਸਥਾਨ ਜਦ ਤੱਕ ਧਰਤੀ ਰਹੂਗੀ, ਉਹਨਾਂ ਦਾ ਨਾਂ ਵੀ ਰਹੂਗਾ, ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ ਕਹੋ ਨਾਨਕੇ ਜਗਤ ਮੈਂ ਕਿਨ ਜਪਿਓ ਗੁਰਮਤ। ਜਿੱਥੇ ਸਾਧੂ ਨੇ ਤਪੱਸਿਆ ਕੀਤੀ ਹੈ, ਸਾਧਨਾ ਕੀਤੀ ਹੈ, ਬਾਬੇ ਰਾੜੇ ਵਾਲਿਆਂ ਨੇ ਜਿੱਥੇ ਬਹਿ ਕੇ, ਬਾਬਾ ਜਵਾਲਾ ਸਿੰਘ ਹਰਕੋ ਵਾਲਿਆਂ ਨੂੰ, ਹੋਰ ਸਾਰੇ ਬਾਬੇ ਰਾਮਪੁਰ ਖੇੜੇ ਵਾਲਿਆਂ ਨੇ, ਸੰਤ ਗੁਰਬਚਨ ਸਿੰਘ ਖਾਲਸਾ, ਸੰਤ ਸੁੰਦਰ ਸਿੰਘ ਜੀ, ਜਿੱਥੇ ਵੀ ਸਾਧੂ ਨੇ ਤਪ ਕੀਤਾ, ਜਦੋਂ ਤੱਕ ਦੁਨੀਆਂ ਰਹੂਗੀ, ਸ੍ਰਿਸ਼ਟੀ ਰਹੂਗੀ, ਉਹ ਥਾਂ ਉਦਾਂ ਹੀ ਕਾਇਮ ਰਹਿਣਗੇ। ਅਤੇ ਇੱਕ ਸਾਧ ਸੰਗਤ ਅਸਥਾਨ ਜਗਮਗ ਦੂਰ ਹੈ, ਇਹ ਨਾਸ ਨਹੀਂ ਹੁੰਦੇ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਇਸ ਕਰਕੇ ਜਿਹੜੇ ਵੀ ਇਸ ਲਾਈਨ 'ਤੇ ਚੱਲਦੇ ਨੇ ਉਹਨਾਂ ਦੀ ਕਲਿਆਣ ਹੋ ਜਾਂਦੀ। ਸਾਧ ਕੈ ਸੰਗ ਮਿਟੇ ਸਭ ਰੋਗ, ਮਿਟੇ ਹੁੰਦਾ ਮਿਟ ਜਾਣਗੇ, ਮਿਟੇ ਪਾਸਟ ਟੈਂਸ ਬਣ ਗਿਆ, ਬੀਤੇ ਹੋਏ ਸਮੇਂ ਵਿੱਚ ਸਾਧੂਆਂ ਦੇ ਸੰਗ ਕਰਕੇ ਸਾਰੇ ਹੀ ਰੋਗ ਮਿਟ ਗਏ ਹਨ, ਮਿਟ ਗਏ ਭਾਈ ਉਹਨਾਂ ਦੇ ਜਿਨ੍ਹਾਂ ਨੇ ਸੰਗਤ ਕੀਤੀ ਹੈ। ਕਿਉਂਕਿ ਇਹਨਾਂ ਦੀ ਦ੍ਰਿਸ਼ਟੀ 'ਚ ਅੰਮ੍ਰਿਤ ਹੁੰਦਾ, ਸੇਵਾ ਕਰਨ ਵਾਲੇ ਅਸੀਂ ਕੋਲ ਰਹਿੰਦੇ ਹਾਂ, ਸੇਵਾ ਕਰੀ ਜਾਂਦੇ ਹਾਂ, ਆਪ ਦਾ ਦੁੱਖ ਨਹੀਂ ਮਿਟਣਗੇ ਕਦੇ, ਆਪ ਨੂੰ ਇੰਨੀਆਂ ਲੋਕਾਂ ਦੀਆਂ ਬਿਮਾਰੀਆਂ ਲੈ ਲੈਣਗੇ, ਨਾਲ ਦੇ ਤਾਂ ਕਿਤੇ ਢਿੱਡ ਵੀ ਦੁਖਣ ਲੱਗ ਜੇ, ਬਸ ਊਈਂ ਕੀ ਹੋਇਆ, ਜਾ ਉੱਥੇ ਚਾਹ ਪੀ ਲਾ, ਜਾ ਕੇ ਕਿਸੇ ਨੂੰ ਕਹਿਣਗੇ ਜਾ ਤੂੰ ਪਾਣੀ ਪੀ ਲਾ ਉੱਥੇ, ਹੋਰ ਅਜਵਾਇਣ ਕਾਲਾ, ਮਹਾਰਾਜ ਇਹਦਾ ਆਹ ਰੋਗ ਹੈ, ਬਾਬਾ ਅਜੀਤ ਸਿੰਘ ਜੀ ਕੋਲ ਕੋਈ
ਸੇਵਾ ਕਰਦਾ ਸੀ ਪਰਿਵਾਰ, ਜਿਹੜੇ ਬਹੁਤ ਸ਼ਰਧਾਲੂ ਹੁੰਦੇ ਉਹਨਾਂ ਨੂੰ ਪਤਾ ਹੁੰਦਾ, ਬਾਬਾ ਜੀ ਅੱਜ ਪੀ ਜੀ ਆਈ ਚੱਲੇ ਸੀ ਜੇ ਜਾਂਦੇ ਦਰਸ਼ਨ ਕਰਕੇ। ਨਹੀਂ ਕੀ ਭਾਈ ਪੀ ਜੀ ਆਈ ਕੀ ਕਰਨ ਚੱਲੇ? ਕਹਿ ਰਹੇ ਮਹਾਰਾਜ ਉਰੇ ਗਟੋਲੀ ਜੀ ਹੋ ਗਈ ਕੈਂਸਰ ਦੀ, ਉਹ ਡਾਕਟਰ ਕਹਿੰਦੇ ਇਹ ਓਪਰੇਸ਼ਨ ਹੋਣ ਭਾਈ ਕੋਈ ਲੋੜ ਨਹੀਂ ਹੈ, ਸਰੋਂ ਦੇ ਤੇਲ 'ਚ ਕਾਲੀ ਮਿਰਚ ਪਾ ਕੇ ਨਾ ਰੋਜ਼ ਇੱਥੇ ਲਾਓ 40 ਕੁ ਦਿਨ। ਉਹ ਲਾਈ ਤੋਂ ਸਾਰੀ ਉਹ ਬਹਿ ਗਈ, ਖਤਮ ਹੀ ਹੋ ਗਈ। ਉਹ ਡਾਕਟਰਾਂ ਨੂੰ ਦਿਖਾਉਣ ਕਹਿੰਦੇ ਦਿਖਾ ਆਓ ਇੱਕ ਵਾਰ, ਡਾਕਟਰ ਕਹਿੰਦੇ ਤਾਂ ਖਤਮ ਹੀ ਹੋ ਗਈ, ਇਹ ਕਿੱਦਾਂ ਹੋਈ? ਕਹਿੰਦੇ ਜੀ ਮਹਾਂਪੁਰਸ਼ਾਂ ਕੋਲ ਗਏ ਪੀ ਜੀ ਆਈ ਦੇ ਸਾਰੇ ਡਾਕਟਰ ਹੰਸਾਲੀ ਪਹੁੰਚ ਗਏ ਬਾਬਾ ਜੀ ਕੋਲ। ਕਹਿ ਰਹੇ ਮਹਾਰਾਜ ਡਾਕਟਰ ਤਾਂ ਤੁਸੀਂ ਹੋ, ਸਰੋਂ ਦੇ ਤੇਲ ਨਾਲ ਹੀ ਬੇਟਤੀ। ਕਹਿੰਦੇ ਭਾਈ ਉਹ ਤਾਂ ਕੀਤੀ ਤਾਂ ਗੁਰੂ ਨਹੀਂ ਆ, ਇਹ ਤਾਂ ਉਈ ਮੇਰਾ ਨਾਂ ਲਈ ਜਾਂਦੇ ਆ। ਮਹਾਤਮਾ ਦਾ ਸਾਧ ਸੰਗਤ ਜੀ ਜੇ ਕੋਈ ਰਹਿ ਕੇ ਸੇਵਾ ਕਰੇ, ਹੁਣ ਜੇ ਕਈ ਆ ਜਾਂਦੇ ਉੱਦਾਂ ਹੀ ਖਾਲੀ ਹੱਥੀ ਆ ਜਾਂਦੇ ਨੇ, ਨਾ ਕੋਈ ਸੇਵਾ ਨਾ ਲੈਣ ਨਾ ਦੇਣ, ਕੋਲ ਰਹਿ ਕੇ ਜਿਹੜਾ ਸੇਵਾ ਕਰਦਾ ਹੁੰਦਾ ਉਹਦਾ ਤਾਂ ਮੈਂ ਦੇਖਿਆ ਕਿੱਡੇ ਕਿੱਡੇ ਰੋਗ ਭਾਵੇਂ ਹੋਣ, ਕਿੰਨੀ ਕੋਈ ਮੰਗ ਮੰਗਦਾ ਹੋਵੇ ਉਈ ਅਸੀਂ ਕਹਿਣਾ ਮਹਾਰਾਜ ਇਹਦੇ ਭਚੰਗੀ ਨਹੀਂ ਹੈਗਾ, ਆ ਸਿੰਘ ਆਪਣਾ ਵਿਆਹ ਤਾਂ ਦੇਖਾ, ਸੰਤਾਂ ਨੂੰ ਉਈ ਮੁੱਕੀ ਮਾਰਨੀ, ਚੱਲ ਮੁੱਕੀ ਮਾਰ ਕੇ ਕਹਿੰਦਾ ਜਾ ਹੋ ਗਿਆ ਭਚੰਗੀ। ਬਾਬਾ ਆਨੰਦ ਸਿੰਘ ਜੀ ਕੋਲ ਜੋ ਸਾਡੇ ਦਾਦਾ ਜੀ ਨੂੰ ਲੈ ਕੇ ਗਏ, ਉਹਨਾਂ ਦੇ ਮਾਮਾ ਜੀ ਜਿਹੜੇ ਰਾਗੀ ਸੀ ਉਹਨਾਂ ਦੇ ਕੋਲ, ਉਹ ਬੈਠੇ ਸੀਗੇ ਇੱਦਾਂ ਪਹਿਲਾਂ 4 ਦਿਨ ਤੋਂ ਹੀ ਭਜਾਈ ਗਏ, ਉਹ ਇੱਥੇ ਇਸੇ ਦੀ ਕੁਛ ਹੈਗਾ, ਚਲੋ ਇਸ ਟਾਹਲੀਆਂ ਨਿਆਣੇ ਲਮਕਦੇ ਆ, ਐਂ ਲਮਕਦੇ ਆ ਕਰਦੇ ਪਹਿਲਾਂ ਝਾੜਦੇ ਝੰਬਦੇ ਚੰਗੀ ਤਰ੍ਹਾਂ। ਫਿਰ ਇੱਕ ਦਿਨ ਕਹਿੰਦੇ ਐਂ ਖੇਤ 'ਚੋਂ ਗਿੱਲੀ ਜਿਹੀ ਮਿੱਟੀ ਸੀ ਐਂ ਗੋਲੀ ਜਿਹੀ ਵੱਟੀ ਜਾਣ, ਕੀ ਲੈਣਾ? ਮਹਾਰਾਜ ਔਲਾਦ ਹੈ ਨਹੀਂ ਆ, ਸਾਰੇ ਭਰਾ ਬੈਠੇ ਤੁਹਾਡੇ ਮੂਹਰੇ, ਲੈ ਫੜ ਮਿੱਟੀ ਦੇ ਦਿੱਤੀ, ਕਹਿੰਦੇ ਮੂੰਹ 'ਚ ਪਾ ਲਾ। ਹੁਣ ਜੇ ਹੋਰ ਕੋਈ ਹੁੰਦਾ ਉਹ ਕਹਿੰਦਾ ਮਿੱਟੀ ਮੈਂ ਨਹੀਂ ਖਾਂਦਾ, ਪਰ ਮਾਰਨੀ ਭਗਾ ਕੇ। ਉਦੋਂ ਲੋਕ ਸਿੱਧੇ ਸਾਦੇ ਸੀ, ਅੱਜ ਅੱਗੇ ਚਲਾਕ ਜੇ ਨਹੀਂ ਸੀਗੇ, ਉਹਨਾਂ ਨੇ ਛਕ ਲਈ। ਕਹਿੰਦੇ ਜਿਹੜਾ ਖਾਈ ਜੋ ਉਹਦੇ 5-5 ਮੁੰਡੇ ਹੋਈ ਜਾਣਗੇ, ਨਾਲ ਇਹ ਵੀ ਕਹਿਤਾ 5-5 ਮਾਲਾ, ਮੇਰੇ ਡੈਡੀ ਹੁਣੀ 5 ਜਣੇ ਆ ਭਰਾ, ਮੇਰੇ ਦਾਦੇ ਨੂੰ ਇੱਕ ਫੁੱਲ ਦੇ ਤਾ ਗੁਲਾਬ ਦਾ, ਮੇਰਾ ਦਾਦਾ ਜੀ ਕਹਿੰਦੇ 7 ਪੰਖਣੇ ਸੀ, ਮੇਰੇ 2 ਲੜਕੀਆਂ ਹੋਈਆਂ, 5 ਪੁੱਤ ਹੋਏ, ਉਹ 7 ਨਿਆਣੇ ਹੋਏ। ਸਾਧੂ ਤਾਂ ਖੁਸ਼ ਹੋਇਆ ਭਾਈ ਕਈ ਕੁਛ ਕਰ ਦਿੰਦਾ, ਉਹ ਅਸਲ ਵਿੱਚ ਸਾਧੂ ਨਹੀਂ ਰਹਿੰਦਾ, ਸਾਧੂ ਨੂੰ ਬਾਹਰਲਾ ਰੂਪ ਨਹੀਂ ਦੇਖਣਾ, ਹੁਣ ਉਹਦੇ ਅੰਦਰ ਦੇਖਣਾ ਕੀ ਬੈਠਾ। ਜਿਸ ਕਾ ਅੰਤਰ ਬਸੈ ਨਿਰੰਕਾਰ ਤਿਸ ਕੀ ਸੀਖ ਤਰੈ ਸੰਸਾਰ। ਬੜੀਆਂ ਚੀਜ਼ਾਂ ਸੀ ਦੇਖੀਆਂ ਹੋਈਆਂ ਨਾਲ ਰਹਿ ਰਹਿ ਕੇ, ਐਸੀਆਂ ਐਸੀਆਂ ਗੱਲਾਂ ਦੇਖੀਆਂ ਜਿਹੜੀਆਂ ਇਕੱਠ ਕਹਾਣੀ ਹੋ ਜਾਂਦੀ, ਬਸ ਜਿਹੜੀਆਂ ਗੱਲਾਂ ਲੋਕ ਕਹਿੰਦੇ ਹੋ ਹੀ ਨਹੀਂ ਸਕਦੀਆਂ, ਉਹ ਕਹਿੰਦੇ ਕਿਉਂ ਨਹੀਂ ਹੋ ਸਕਦੀਆਂ, ਇਹ ਤਾਂ ਛੋਟੀ ਜਿਹੀ ਗੱਲ ਹੈ ਮੇਰੇ ਲਈ, ਖਾਸ ਗੱਲ ਨਹੀਂ ਹੁੰਦੀ ਕੋਈ। ਤਾਂ ਸਤਿਗੁਰੂ ਕਹਿੰਦੇ ਨੇ ਆਓ ਕਲਿਆਣ ਕਰਾਉਣੀ ਤਾਂ ਸੰਗਤ ਕਰਿਆ ਕਰੋ, ਰੋਗ ਮਿਟਾਉਣੇ ਨਾ ਤਾਂ ਫਿਰ, ਹੁਣ ਜੇ ਪੂਰਨ ਸਾਧੂ ਨਹੀਂ ਤਾਂ ਸਾਧ ਸੰਗਤ ਵਿੱਚ ਆਉਣ ਵਾਲਿਆਂ ਦੇ ਰੋਗ ਮਿਟਦੇ ਨੇ, ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਕੇ ਰੋਗ ਮਿਟਦੇ ਨੇ। ਉਹ ਕਹਿੰਦੇ ਨੇ ਹੋਇਆ ਤਾਂ ਹੈ ਨਹੀਂ, ਪਰ ਕਮੀਆਂ ਨੇ, ਪਹਿਲਾਂ ਕੋਲ ਬੈਠ ਕੇ ਡਿਸਕਸ ਕਰ ਲਓ, ਮੈਂ ਦੇਖਾਂ ਤੇਰੇ 'ਚ ਕਮੀਆਂ ਕਿੱਥੇ ਕਿੱਥੇ ਨੇ, ਤੇਰੀ ਉਨੀ ਸ਼ਰਧਾ ਨਹੀਂ ਹੈਗੀ। ਨਾਨਕ ਸਾਧ ਭੇਟੇ ਸੰਜੋਗ ਹੁੰਦੇ ਨੇ ਪ੍ਰਗਟੇ ਭਲੇ ਸੰਜੋਗਾ, ਆਪਾਂ ਪਹਿਲਾਂ ਵੀ ਕਿਹਾ ਸੰਜੋਗ ਜੇ ਹੋਣ, ਭਾਗਾਂ ਨਾਲ ਸੰਜੋਗ, ਪੂਰਨ ਸੰਜੋਗ ਭਾਗ ਹੋਣ ਬੰਦੇ ਦੇ ਤਾਂ ਸਾਧੂ ਦੀ ਸੰਗਤ ਮਿਲਦੀ ਹੈ। ਸਾਧ ਮਿਲੇ ਪੂਰਬ ਸੰਜੋਗ, ਸੱਚ ਰਹੱਸੇ ਪੂਰੇ ਹਰ ਲੋਕ, ਸਾਧੂ ਕਰਮਾਂ ਨਾਲ ਮਿਲਦਾ। ਪਿਛਲੇ ਪੁੰਨ ਬੀਜੇ ਹੁੰਦੇ ਨੇ, ਪਿੱਛੇ ਆਪਾਂ ਕੋਈ ਚੰਗਾ ਕੰਮ ਕੀਤਾ ਹੁੰਦਾ ਉਹਦੇ ਕਰਕੇ ਆਪਾਂ ਨੂੰ ਸੰਗਤ ਮਿਲਦੀ ਹੈ ਪਿਛਲੇ ਜਨਮਾਂ ਦੇ ਵਿੱਚ। ਆ ਜਿਹੜਾ ਮਹਾਂਪੁਰਖਾਂ ਨੇ ਕਥਾ ਦੀ ਦਾਤ ਦਿੱਤੀ ਹੈ, ਇਹ ਕੋਈ ਸਾਡਾ ਪਿਛਲਾ ਹਿਸਾਬ ਸੀ ਆਪਸ ਵਿੱਚ, ਪਿਛਲੇ ਜਨਮ ਵਿੱਚ ਕੋਈ ਇਹੋ ਜਿਹਾ ਕੰਮ ਕੀਤਾ ਸੀ ਜਿਹਦੇ ਕਰਕੇ ਕਹਿੰਦੇ ਸੀ ਕੋਈ ਨਹੀਂ ਇਹਦਾ ਵੀ ਜਨਮ ਦਊਂਗਾ ਮੈਂ ਤੈਨੂੰ। ਮੈਨੂੰ ਤਾਂ ਬਾਅਦ 'ਚ ਪਤਾ ਲੱਗਦਾ ਨਾ ਵੀ ਕੀ ਜਾਨਾ ਦਿੱਤਾ, ਉਹੀ ਨਿਗਾਹ ਕਰਕੇ ਜਾਂ ਕਥਾ ਕਰਿਆ ਆਉਂਦੀ ਨਹੀਂ ਜੀ, ਕਹਿੰਦੇ ਆਪੇ ਆ ਜੂਗੀ, ਉਹਨਾਂ ਦੀ ਬਖਸ਼ਿਸ਼ ਨਾਲ ਹੀ ਆਈ ਜਾਂਦੀ ਹੈ। ਇਹ ਸਾਧੂ ਤੁਰੇ ਤੁਰੇ ਜਾਂਦੇ ਆ, ਬਾਬਾ ਠਾਕੁਰ ਸਿੰਘ ਜੀ ਤੁਰੇ ਤੁਰੇ ਜਾਂਦੇ, ਕਹਿੰਦਾ ਚੰਗਿਆ ਤੂੰ ਕੀਰਤਨ ਕਰ, ਬਾਰੇ ਮਿਹਨਤ ਆਉਂਦਾ ਨਹੀਂ, ਬਹਿ ਜਾ ਕੀਰਤਨ ਕਰ, ਚੱਲ ਫੜ ਬਾਜਾ, ਚੱਲ ਕੀਰਤਨ ਆ ਗਿਆ, ਤੂੰ ਕਥਾ ਕਰਿਆ ਕਰ। ਉਹ ਕਈਆਂ ਨੂੰ ਬਿਠਾ ਕੇ ਉੱਦਾਂ ਹੀ ਬਿਠਾ ਕੇ ਬਚਨ ਨਾਲ ਹੀ ਬਹਿ ਜਾ ਕਥਾ ਕਰ, ਕਥਾ ਹੀ ਆ ਗਈ। ਸਾਧੂ ਦੇ ਬੋਲ ਹੁੰਦੇ, ਬਸ ਬੋਲਾਂ ਵਿੱਚ ਹੀ ਸਾਰਾ ਤੱਤ ਹੁੰਦਾ। ਨਾਲੇ ਹੁਣ ਸਤਿਗੁਰੂ ਮਹਾਰਾਜ ਕਹਿੰਦੇ ਜੇ ਸਾਧੂ ਦੀ ਮਹਿਮਾ ਆਪਾਂ ਪਛਾਣ ਗਏ, ਇੱਥੇ ਤਾਂ ਕਹਿੰਦੇ ਨੇ ਸਾਧ ਕੀ ਮਹਿਮਾ ਵੇਦ ਨਾ ਜਾਣੈ, ਕਹਿੰਦੇ ਤੁਸੀਂ ਕੀ ਜਾਣੋਗੇ ਦੁਨੀਆਂ ਦੇ ਲੋਕ,
ਇਹ ਤਾਂ ਵੇਦ ਜਿਹੜੇ ਚਾਰ ਮਹਾਨ ਗ੍ਰੰਥ ਨੇ ਦੁਨੀਆਂ ਦੇ ਵੱਡੇ ਜਿਹੜੇ ਰਚੇ, ਤਾਂ ਪਰਮੇਸ਼ਰ ਨੇ ਚਾਰ ਮਹਾਂਵਾਕ ਦਿੱਤੇ ਸੀ ਬ੍ਰਹਮਾ ਨੂੰ, ਉਹਨਾਂ ਤੋਂ ਚਾਰ ਵੇਦ ਰਚੇ ਆ। ਉਹਨਾਂ ਦੀ ਪਹਿਲੀ ਲਾਈਨ ਤਾਂ ਪਰਮੇਸ਼ਰ ਨੇ ਹੀ ਦਿੱਤੀ ਸੀ ਬ੍ਰਹਮਾ ਨੂੰ, ਅਹੰ ਬ੍ਰਹਮ ਅਸਮੀ ਅਹੰ ਬ੍ਰਹਮ ਅਕ੍ਰਿਆਦਕ ਆਕਾਸ਼ਬਾਣੀ ਹੋਈ ਸੀ। ਉਹ ਇੱਕ ਇੱਕ ਲਾਈਨ ਦੀ ਵਿਆਖਿਆ ਹੀ ਹੈ ਚਾਰ ਵੇਦ। ਉਹ ਜਿਹੜੇ ਚਾਰ ਵੇਦ ਨੇ, ਉਹ ਚਾਰ ਵੇਦ ਮਹਿਮਾ ਨਹੀਂ ਜਾਣ ਸਕੇ, ਮਹਿਮਾ ਨਾ ਜਾਣੈ ਵੇਦ ਸਾਧ ਕੀ ਮਹਿਮਾ ਵੇਦ ਨਾ ਜਾਣੈ, ਗੁਰ ਕੀ ਮਹਿਮਾ ਵੇਦ ਨਾ ਜਾਣੈ। ਜਦੋਂ ਵੇਦ ਨਹੀਂ ਭੇਦ ਪਾ ਸਕੇ ਤਾਂ ਤੁਸੀਂ ਆਮ ਲੋਕ ਕੀ ਭੇਦ ਪਾਓਗੇ ਕਿਸੇ ਦਾ? ਸਾਧੂ ਕਿੱਥੇ ਬੋਲਦਾ, ਉਹਦੀ ਫਰੀਕੁਐਂਸੀ ਬਹੁਤ ਉੱਚੀ ਹੁੰਦੀ, ਆਪਾਂ ਉਹਦੀ ਗੱਲ ਨੂੰ ਫੜਦਿਆਂ ਫੜਦਿਆਂ ਹੀ 100 ਸਾਲ ਲੰਘ ਜਾਂਦਾ ਵੀ ਕੀ ਕਹਿੰਦਾ। ਮਹਾਂਪੁਰਖ ਕਹਿੰਦੇ ਹੁੰਦੇ ਸੀ, ਕਹਿੰਦੇ ਜਿਹੜਾ ਅੱਜ ਮੈਂ ਬੋਲਦਾ ਤੁਸੀਂ 50 ਸਾਲਾਂ ਨੂੰ ਜਾ ਕੇ ਸਮਝੋਗੇ। ਬਾਬਾ ਠਾਕੁਰ ਸਿੰਘ ਜੀ ਜੋ ਬੋਲਦੇ ਸੀ ਉਹਨੂੰ ਫੜ ਨਹੀਂ ਸਕੇ ਲੋਕ, ਸਾਡੀ ਸਮਝ ਜਾ ਕੇ ਕਿਤੇ ਮਾੜੀ ਜਿਹੀ ਹੋਣ ਲੱਗੀ ਆ ਵੀ ਅੱਛਾ ਆਹ ਗੱਲ ਸੀ। ਇਹ ਗੱਲ ਸਮਝਣੀ ਬਹੁਤ, ਸਾਧੂ ਦੀ ਰਮਝ ਸਮਝਣੀ ਬਹੁਤ ਔਖੀ ਹੁੰਦੀ ਹੈ। ਜਦ ਕਿ ਉਹ ਚਲੇ ਜਾਂਦੇ ਦੁਨੀਆਂ 'ਚੋਂ, ਬਾਅਦ 'ਚ ਦੁਨੀਆਂ ਸਮਝ ਅੱਛਾ ਇਹ ਗੱਲ ਸੀ, ਅੱਛਾ ਆਹ ਗੱਲ ਸੀ, ਫਿਰ ਕਹਿਣਗੇ ਅੱਛਾ ਸਾਨੂੰ ਪਤਾ ਹੀ ਨਹੀਂ ਸੀ। ਜੇਤਾ ਸੁਨਹਿ ਤੇਤਾ ਬਖਿਆਨ ਹੈ, ਇਹ ਜਿੰਨਾ ਲੋਕ ਸੁਣਦੇ ਓਨਾ ਹੀ ਕਹਿੰਦੇ ਨੇ, ਕਹਿੰਦੇ ਬਸ ਜਿੰਨਾ ਕੁ ਕਿਸੇ ਨੂੰ ਪਤਾ, ਵੇਦਾਂ ਨੂੰ ਪਤਾ, ਜਿੰਨਾ ਕੁ ਸਾਨੂੰ ਪਤਾ, ਆਪਾਂ ਓਨਾ ਕੁ ਉਹਨਾਂ ਬਾਰੇ ਕਹਿੰਦੇ ਹਾਂ। ਊਂ ਆਪਾਂ ਨੂੰ ਕਿਸੇ ਬਾਰੇ ਕੋਈ ਮਹਾਤਮਾ ਦੀ ਅੰਦਰਲੀ ਅਵਸਥਾ ਦਸ਼ਾ ਕੋਈ ਜਾਣ ਸਕਦਾ? ਹੁਣ ਆਪਾਂ ਤਾਂ ਇੱਕ ਦੂਜੇ ਦੇ ਮਨ ਦੀ ਨਹੀਂ ਜਾਣ ਸਕਦੇ ਵੀ ਇਹ ਬੰਦੇ ਦੇ ਮਨ 'ਚ ਮੇਰੇ ਬਾਰੇ ਕੀ ਆ, ਜਾਂ ਉਹਦੇ ਮਨ 'ਚ ਕੀ ਆ, ਜਾਂ ਉਹਦੇ ਮਨ 'ਚ ਕੀ ਆ। ਆਪਾਂ ਤਾਂ ਇੱਕ ਦੂਜੇ ਦੇ ਮਨ ਦੀ ਗੱਲ ਨਹੀਂ ਸਮਝ ਸਕਦੇ, ਘਰਦਿਆਂ ਦੀ ਨਹੀਂ ਸਮਝ ਸਕਦੇ, ਤਾਂ ਸਾਧੂ ਦੇ ਅੰਦਰ ਦੀ ਅਵਸਥਾ ਨੂੰ ਆਪਾਂ ਕੀ ਜਾਣੀਏ? ਮੰਨੇ ਕੀ ਗੱਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ, ਕਾਗਦ ਕਰਮ ਨਾ ਲਿਖਣ ਹਾਰ, ਮੰਨੇ ਕਾ ਵਹਿ ਕਰਮ ਵਿਚਾਰ। ਕਿਉਂਕਿ ਜਿਨ੍ਹਾਂ ਨੇ ਸੰਗਤ ਕੀਤੀ ਹੁਣ ਸਾਨੂੰ ਸਾਰਾ ਇਸ ਗੱਲ ਦੀ ਨੌਲੇਜ ਹੁੰਦੀ ਹੈ। ਮਹਾਂਪੁਰਖਾਂ ਕੋਲ ਬੈਠੇ ਹੁਣ ਅਸੀਂ ਕਈ ਕਾਰਨਾਂ ਕਰਕੇ ਕਈ ਚੀਜ਼ਾਂ ਹੋ ਜਾਂਦੀਆਂ, ਬੈਠੇ ਕੋਲ ਆ ਕੇ ਬੈਠੇ ਭਾਈ ਚਾਹ ਛਕਿਆ, ਸੱਤ ਵਜਣ ਜੀ ਜਾਏ ਚਾਹ ਛਕਿਆ ਜਾ ਕੇ, ਫਿਰ ਆ ਕੇ ਬਹਿ ਗਏ, ਫਿਰ ਕਹਿੰਦੇ ਭਾਈ ਚਾਹ ਛਕਿਆ, ਸੱਤ ਵਜਣ ਜੀ ਫਿਰ ਚਲੇ ਗਏ। ਤੀਜੀ ਵਾਰ ਨੂੰ ਕੋਈ ਬਚਨ ਕਰਨ ਲੱਗੇ ਭਾਈ ਚਾਹ ਛਕਿਆ, ਮੈਂ ਕਿਹਾ ਜੀ ਮੈਂ ਹੁਣ ਛਕਿਆ ਸੀ, ਪਹਿਲਾਂ ਵੀ ਛਕਿਆ ਸੀ, ਮੈਂ ਜਵਾਬ ਦੇਤਾ ਮੂਹਰੋਂ, ਮੇਰਾ ਬੈਠੇ ਬੈਠੇ ਨਾ ਪੇਟ ਫੁੱਲਣ ਲੱਗ ਗਿਆ, ਮੈਨੂੰ ਤਾਂ ਤਕਲੀਫ ਸ਼ੁਰੂ ਹੋ ਗਈ। ਮੈਂ ਕਿਹਾ ਬਾਬਾ ਜੀ ਚਾਹ ਛਕਿਆ ਵਾ? ਕਹਿੰਦੇ ਤੈਨੂੰ ਮੈਂ ਪਹਿਲਾਂ ਹੀ ਕਿਹਾ ਸੀ ਜਾ ਛਕਿਆ। ਇੱਕ ਇੱਕ ਗੱਲ ਇਉਂ ਫਰੀਕੁਐਂਸੀ ਰਲਦੀ ਆਪਸ ਵਿੱਚ। ਮੈਨੂੰ ਕਹਿੰਦੇ ਰਹਿ ਰਾਸ ਸੁਣਾ, ਮੈਂ ਰਹਿ ਰਾਸ ਸੁਣਾਈ, ਮੈਨੂੰ ਥੋੜ੍ਹੀ ਜਿਹੀ ਪੇਟ 'ਚ ਤਕਲੀਫ ਹੁੰਦੀ ਸੀ, ਕਈ ਵਾਰ ਹੋ ਜਾਂਦੀ ਹੈ ਸੀ ਗੜਬੜ, ਰਹਿ ਰਾਸ ਪੂਰੀ ਹੋਈ, ਜਾਇਓ ਭਾਈ ਕੋਈ ਨਹੀਂ ਜਾਇਓ। ਹੁਣ ਕਿਸੇ ਨੂੰ ਨਹੀਂ ਪਤਾ ਵੀ ਇਹ ਕੀ ਕਹਿੰਦੇ ਨੇ, ਉਹ ਮੈਨੂੰ ਪਤਾ ਸੀ, ਮੈਨੂੰ ਕਹਿੰਦੇ ਵੀ ਜੇ ਬਾਥਰੂਮ ਜਾਇਆ ਤੂੰ। ਇਹ ਇੱਕ ਅੰਦਰ ਦੀ ਸਾਡੀ ਫਰੀਕੁਐਂਸੀ ਸਾਰਿਆਂ ਦੀ ਨੋਟ ਹੁੰਦੀ, ਇਹਨਾਂ ਕੋਲ ਬੈਠੇ ਤਾਂ ਇੱਦਾਂ ਜੇ ਹੁੰਦੇ ਅੱਖਾਂ ਜੀ ਨੀਵੀਆਂ ਕਰਕੇ, ਪਰ ਦੇਖਦੇ ਸਾਰਾ ਕੁਛ ਹੀ ਹੁੰਦੇ ਨੇ। ਬੜੀਆਂ ਚੀਜ਼ਾਂ ਮੈਂ ਅੰਤਰ ਜਾਮਤ ਵਾਲੀਆਂ, ਹੁਣ ਵੀ ਮੇਰੇ ਕੋਲ ਬਹੁਤ ਮਹਾਤਮਾ ਬੈਠੇ ਨੇ, ਉਹ ਤਾਂ ਬੈਠੇ ਹੀ ਮੈਨੂੰ ਪੁੱਛੀ ਜਾਣਗੇ, ਠੀਕ ਹੈ ਸੰਗਤ ਆਉਂਦੀ ਆ, ਰਸ ਬਣਿਆ ਹੋਇਆ, ਹਾਂ ਜੀ ਬਣਿਆ। ਬੜੀਆਂ ਚੀਜ਼ਾਂ ਉੱਥੋਂ ਹੀ ਫੋਨ 'ਤੇ ਦੱਸ ਜਾਣਗੇ, ਇੱਦਾਂ ਹੋ ਗਿਆ, ਇੱਦਾਂ ਹੋ ਗਿਆ, ਆ ਗਿਆ। ਇਸ ਕਰਕੇ ਉਹ ਸਾਰਿਆਂ ਦੀ ਨਿਗਾਹ ਤ੍ਰਿਲੋਕ ਤੱਕ, ਤਿੰਨਾਂ ਲੋਕਾਂ ਤੱਕ ਹੀ ਨਿਗਾਹ ਗਈ ਹੁੰਦੀ ਹੈ, ਸਭ ਕੁਝ ਜਾਣਦੇ ਹੁੰਦੇ ਨੇ ਮਹਾਂਪੁਰਸ਼ ਨੇ। ਮੈਨੂੰ ਕਹਿੰਦੇ ਕਥਾ ਕਰੀ ਬਾਅਦ 'ਚ, ਮੈਂ ਕਿਹਾ ਕਥਾ ਤਾਂ ਕਰਾਂਗੇ, ਬਾਹਰ ਜਿਹੜੀ ਬਾਹਰ ਦੀਵਾਲੀ ਲੱਗੀ ਹੋਈ ਹੈ, ਇੰਨੀ ਤਾਂ ਗੋਲੀ ਚੱਲਦੀ, ਕਥਾ ਤਾਂ ਤੁਹਾਨੂੰ ਕਥਾ ਨਹੀਂ ਪਈ ਹੈ। ਕਹਿੰਦੇ ਕੁਛ ਨਹੀਂ ਹੁੰਦਾ, ਤੇਰੀ ਉਮਰ ਬਹੁਤ ਲੰਬੀ, ਬੁੜਾ ਹੋ ਕੇ ਮਰਨਾ ਤੂੰ, ਐਵੇਂ ਹੁਣੇ ਰੌਲਾ ਪਾਈ ਜਾਂਦਾ ਤੂੰ, ਹਲੇ ਤਾਂ ਇੰਨੇ ਜਹਾਜ਼ ਚੜ੍ਹਨੇ, ਲੋਕਲ ਬੱਸ ਬਣਾ ਦੇਣੀ ਜਹਾਜ਼ਾਂ ਦੀ ਤੂੰ। ਮੈਂ ਲੋਕਲ ਬੱਸ ਬਣਾਈ ਵੀ ਹੈ, ਮੈਂ ਜਦੋਂ ਇੱਕ ਜਹਾਜ਼ ਉੱਤਰਦਾ ਚੜ੍ਹਦਾ, ਕਈ ਵਾਰ ਦੋ ਦੋ ਤਿੰਨ ਤਿੰਨ ਫਲਾਈਟਾਂ ਦਿਹਾੜੀ ਚੜ੍ਹਦਾ ਉੱਤਰਦਾ, ਫਿਰ ਮੈਂ ਕਹਿੰਦਾ ਹਾਂ ਬਾਬਾ ਜਰਨੈਲ ਸਿੰਘ ਅੱਜ ਮੈਂ, ਬਾਬਾ ਜੀ ਅਜੇ ਲੋਕਲ ਬੱਸ ਬਣਾਇਆ ਜਹਾਜ਼ ਮੈਂ ਤੇਰੇ ਬਚਨਾਂ ਨਾਲ, ਬਹੁਤ ਜਹਾਜ਼ ਚੜ੍ਹਾਏ ਉਹਨਾਂ ਨੇ ਮੈਨੂੰ। ਕਹਿੰਦੇ ਥੋੜ੍ਹਾ, ਸੰਤ ਕਰਤਾਰ ਸਿੰਘ ਕਹਿੰਦੇ ਹੁੰਦੇ ਸੀ, ਥੋੜ੍ਹਾ ਚਿਰ ਹੀ ਆ ਫਿਰ ਇਹ ਥੱਬੇ ਨੋਟਾਂ 'ਤੇ ਲਿਆਇਆ ਕਰਨੇ ਇਹਨੇ, ਪਰ ਜਰਨੈਲ ਸਿੰਘ ਆਪਾਂ ਨੂੰ ਦਿਆ ਕਰਨੇ। ਉਦੋਂ ਮੈਂ ਨਾ ਸਮਝਿਆ ਵੀ ਇਹਨਾਂ ਦੋਨਾਂ ਨੇ ਉਦੋਂ ਹੋਣਾ ਨਹੀਂ।
ਇਹ ਚੀਜ਼ਾਂ ਹੁੰਦੀਆਂ, ਪਹਿਲਾਂ ਹੀ ਦੱਸੀ ਜਾਂਦੇ ਹੁੰਦੇ ਬੈਠੇ, ਸਾਰੀਆਂ ਚੀਜ਼ਾਂ ਦੱਸ ਦਿੰਦੇ ਹੁੰਦੇ ਪਹਿਲਾਂ ਹੀ। ਅੰਤਰਜਾਮ ਤਾਂ ਪੂਰਨ ਰੂਪ ਦੇ ਵਿੱਚ ਹੁੰਦੀ, ਹਰ ਇੱਕ ਗੱਲ ਦਾ ਪਤਾ ਹੁੰਦਾ, ਸ਼ਕਤੀ ਵੀ ਹੁੰਦੀ ਹੈ, ਤਾਕਤ ਵੀ ਹੁੰਦੀ ਹੈ। ਪਰ ਇਹ ਇੱਕ ਚੀਜ਼ ਹੁੰਦੀ ਹੈ, ਜਿਵੇਂ ਅਫੀਸਰ ਹੁੰਦਾ ਨਾ, ਅਫੀਸਰ ਨੂੰ ਜਦੋਂ ਬਿਠਾਉਂਦੇ ਸੀਟ 'ਤੇ, ਪਰ ਅਫੀਸਰ ਸਮਰੱਥ ਹੁੰਦਾ ਕਈ ਗੱਲਾਂ ਕਰਨ ਨੂੰ, ਪਰ ਉਹ ਕਹਿੰਦਾ ਮੈਨੂੰ ਪਿੱਛੋਂ ਹੁਕਮ ਨਹੀਂ ਗਾ, ਮੈਨੂੰ ਉੱਤੋਂ ਹੁਕਮ ਨਹੀਂ, ਮੈਂ ਕਰਨਾ ਨਹੀਂ ਹੈ। ਕਈ ਵਾਰੀ ਆਪਣੀ ਇੱਕ ਵਾਰ ਪਿੱਛੇ ਜੇ ਫੌਜ ਐਨ ਸਾਹਮਣੇ ਆਮਣੇ ਖੜ ਕੇ ਰੈਡੀ ਸੀ, ਪੂਰਾ ਕੰਮ ਲੜਾਈ ਲੱਗਣ ਵਾਲੀ ਸੀ, ਜਦ ਮੈਂ ਦੁੱਖ ਨਿਵਾਰਨ ਸਾਹਿਬ ਕਥਾ ਕਰਦਾ ਸੀ, ਸਾਰੇ ਅਫਸਰ ਵੀ ਮੈਨੂੰ ਕਹਿਣ, ਉੱਥੇ ਜਿੰਨੇ ਸੁਣਨ ਆਉਂਦੇ ਮਿਲਟਰੀ ਵਾਲੇ ਅਫਸਰ ਵੀ ਕਥਾ ਸੁਣਨ ਆਉਂਦੇ ਸੀ, ਕਹਿੰਦੇ ਗਿਆਨੀ ਜੀ ਅੱਛਾ ਫਿਰ ਹੁਣ ਜੇ ਆ ਗਏ ਨਹੀਂ ਤਾਂ ਐਤਕੀ ਲੜਾਈ ਤਕੜੀ ਲੱਗਣੀ ਆ। ਹੁਣ ਕੀ ਹੋ ਗਿਆ, ਐਨ ਨੇੜੇ ਜਾ ਕੇ ਰੈਡੀ ਹੋ ਕੇ ਪਿੱਛੋਂ ਹੁਕਮ ਹੋ ਗਿਆ, ਮੁੜਿਆ ਉਹ ਵਾਪਸ, ਗੋਲੇ ਪਿੱਛੇ ਪਾਏ ਪਵਾਏ ਰਹਿ ਗਏ ਫੌਜਾਂ ਦੇ, ਉੱਤੋਂ ਹੁਕਮ ਆ ਗਿਆ ਸਰਕਾਰ ਦਾ ਨਹੀਂ ਲੱਗਣੀ ਲੜਾਈ, ਪਿੱਛੇ ਮੁੜੇ। ਹੁਣ ਟੈਂਕ ਵੀ ਕੋਲੇ ਆ, ਮਿਜ਼ਾਈਲਾਂ ਵਾਲੇ ਵੀ ਗਏ ਹੋਏ ਨੇ, ਦੂਜੇ ਵੀ ਗਏ ਹੋਏ ਨੇ, ਸਾਰੀਆਂ ਪਾਵਰਾਂ ਵੀ ਕੋਲੇ ਨੇ, ਪਰ ਪਿੱਛੋਂ ਹੁਕਮ। ਇਹ ਮਹਾਤਮਾ ਕੋਲੇ ਪਿੱਛੋਂ ਹੁਕਮ ਹੁੰਦਾ ਵੀ ਨਹੀਂ ਦਿਖਾਉਣੀ ਤਾਕਤ, ਨਹੀਂ ਦਿਖਾਉਣੀ ਤਾਕਤ, ਤੱਤੀ ਤਵੀ 'ਤੇ ਬੈਠ ਕੇ ਵੀ ਨਹੀਂ ਦਿਖਾਇਆ ਕੁਛ, ਉਹ ਸੀਸ ਦੇ ਤਾ ਨਹੀਂ ਦਿਖਾਇਆ ਕੁਛ, ਆਰਾ ਸਿਰ 'ਤੇ ਚਲਾਇਆ, ਬੰਦ ਬੰਦ ਕਟਵਾਇਆ, ਨਹੀਂ ਦਿਖਾਈ ਤਾਕਤ, ਤਾਕਤ ਨਹੀਂ ਦਿਖਾਉਣੀ। ਭਾਈ ਬਿਧੀ ਚੰਦ ਨੂੰ ਜਦ ਘੋੜੇ ਲੈਣ ਭੇਜਿਆ, ਕਹਿੰਦੇ ਅੰਤਰਜਾਮਤਾ ਜਾਂ ਹੋਰ ਕੋਈ ਦੂਜੀ ਤਾਕਤ ਨਹੀਂ ਵਰਤਣੀ, ਬਿਧੀ ਚੰਦ ਸਿਰਫ ਦਿਮਾਗ ਵਰਤਣਾ, ਬਸ ਕਰਾਮਾਤ ਨਾਲ ਘੋੜੇ ਨਹੀਂ ਕੱਢ ਕੇ ਲਿਆਉਣੇ। ਪਰ ਉਹਨਾਂ ਨੂੰ ਪਤਾ ਸੀ ਵੀ ਭਾਈ ਬਿਧੀ ਚੰਦ ਦਾ ਦਿਮਾਗ ਹੀ ਇੰਨਾ ਜ਼ਿਆਦਾ ਨੇ, ਦਿਮਾਗ ਨਾਲ ਹੀ ਕੰਮ ਕਰਨਾ। ਹੁਣ ਵੀ ਮਹਾਰਾਜ ਕਹਿ ਦਿੰਦੇ ਨੇ ਦਿਮਾਗ ਵਰਤੋ, ਉਹ ਤਾਕਤ ਨਹੀਂ ਵਰਤਣੀ, ਕਹਿੰਦੇ ਵਰਤਣ ਨੂੰ ਕੀ ਆ, ਮੈਂ ਹੁਣ ਉਦੇ ਕਹਿ ਮਹਾਰਾਜ ਕਹਿੰਦੇ ਚਮਕੌਰ ਦੀ ਗੜੀ, ਸਤਿਗੁਰੂ ਮਹਾਰਾਜ ਕਹਿੰਦੇ ਮੈਂ ਫੂਕ ਮਾਰ ਕੇ ਉਡਾ ਦਿਆਂ ਸਾਰਿਆਂ ਨੇ ਇਹਨਾਂ ਨੂੰ, ਕਹਿੰਦੇ ਨਹੀਂ ਨਾ ਕਰਨਾ, ਹੁਕਮ ਨਹੀਂ ਹੈ। ਪਿੱਛੋਂ ਵਿਧੀ ਵਿਧਾਨ ਇਹ ਬਣਿਆ ਵੀ ਲੜਨਾ, ਜੰਗ ਕਰਨਾ, ਔਰ ਜੰਗ ਕਰਕੇ ਤੁਰਕ ਮਾਰਨੇ। ਜਦੋਂ ਜ਼ਿਆਦਾ ਹੀ ਸਿਰ 'ਤੇ ਚੜ੍ਹੇ ਤਾਂ ਦੋ ਤੀਰ ਛੱਡੇ ਸੀ ਵੱਡੇ, 10-10 ਹਜ਼ਾਰ ਤੁਰਕ ਇੱਕ ਇੱਕ ਤੀਰ ਨਾਲ ਉਦੋਂ ਮਾਰਿਆ ਸੀ। ਸਤਿਗੁਰੂ ਨੇ ਤਾਂ ਇੱਕ ਵਾਰੀ ਇੱਧਰਲੀਆਂ ਵਿਸ਼ਵਾਲਕ ਦੀਆਂ ਪਹਾੜੀਆਂ ਲਿਜਾ ਕੇ ਸਿਰਫ ਤੰਦੀ ਖਿੱਚ ਕੇ ਛੱਡੀ ਸੀ, ਤੀਰ ਦੀ ਤੰਦੀ, ਤੀਰ ਨਹੀਂ ਸੀ ਪਾਇਆ, ਐਂ ਛੱਡੀ ਸੀ, ਭੁਚਾਲ ਆ ਗਿਆ ਸੀ ਉੱਥੇ, ਇੱਦਾਂ ਪਹਾੜੀਆਂ ਕੰਬ ਗਈਆਂ ਸੀ। ਕਬੀਰ ਨੂੰ ਬੁਲਾਇਆ ਸੀ, ਕਬੀਰ ਲੇਟ ਹੋ ਗਿਆ ਕਿਤੇ ਆਉਣ ਤੋਂ, ਜਦੋਂ ਹੀ ਹਾਜ਼ਰ ਹੋ ਗਿਆ, ਤੈਨੂੰ ਪਹਿਲਾਂ ਬੁਲਾਇਆ ਸੀ ਤੂੰ ਆਇਆ ਨਹੀਂ ਗਾ, ਮਹਾਰਾਜ ਨੇ ਘੂਰਿਆ ਉਹਨੂੰ, ਜੱਛਾਂ ਅਤੇ ਰਵਾਲਾਂ ਦਾ ਫੈਸਲਾ ਕਰਾਉਣਾ ਸੀ ਉਦੋਂ। ਇਹ 10ਵੇਂ ਪਾਤਸ਼ਾਹ ਦੀ ਕਥਾ 'ਚ ਆਉਂਦਾ ਸੂਰਜ ਪ੍ਰਕਾਸ਼। ਇਸ ਕਰਕੇ ਉਹਨਾਂ ਵਿੱਚ ਪਾਵਰ ਤਾਂ ਬਹੁਤ ਹੁੰਦੀ ਹੈ, ਪਰ ਉਹ ਪਾਵਰ ਦੀ ਵਰਤੋਂ ਕਰਨ ਦਾ ਹੁਕਮ ਨਹੀਂ। ਹੁਣ ਪਾਵਰ ਵਾਲੇ ਬਹੁਤ ਬੈਠੇ ਆ, ਅਸੀਂ ਬਹੁਤ ਤਰਲੇ ਕਰਦੇ ਵੀ ਸਾਡਾ ਇੰਨਾ ਕਾਹਨੂੰ ਜ਼ੋਰ ਲਵਾਈ ਜਾਂਦੇ, ਸਾਨੂੰ ਇੰਨਾ ਲੜਨਾ ਪੈਂਦਾ, ਇੰਨਾ ਉਹਨੂੰ ਸਮਝਾਉਣਾ ਪੈਂਦਾ, ਕਹਿੰਦੇ ਨਹੀਂ ਇੱਦਾਂ ਹੀ ਲੜੋ, ਇੱਦਾਂ ਹੀ ਲੜਨਾ, ਕਰਾਮਾਤ ਵਾਲਾ ਕੰਮ ਨਹੀਂ ਕਰਨਾ, ਹਲੇ ਹੁਕਮ ਨਹੀਂ ਹੈ। ਬਾਬਾ ਦੀਪ ਸਿੰਘ ਨੂੰ ਪਹਿਲਾਂ ਕਹਿਤਾ ਬਲੂ ਸਟਾਰ ਤੋਂ, ਮਹਾਰਾਜ ਨੇ ਦਿਖਾਉਣਾ ਨਹੀਂ ਕੁਛ, ਇੱਥੇ ਜੋ ਹੋਣਾ ਇੱਦਾਂ ਹੀ ਜਰਨਾ ਪੈਣਾ ਤੈਨੂੰ। ਸ਼ਹੀਦਾਂ ਸਿੰਘਾਂ ਨੂੰ ਪਹਿਲਾਂ ਹੁਕਮ ਹੋ ਜਾਂਦਾ। ਹੁਣ ਗੁਰੂ ਅਰਜਨ ਦੇਵ ਮਹਾਰਾਜ ਕੋਲ ਥੋੜ੍ਹੀ ਤਾਕਤ ਸੀ, ਸ਼ਹੀਦ ਸਿੰਘ ਖੜ੍ਹੇ ਸੀ ਚਾਰੇ ਪਾਸੇ, ਦੇਵ ਅਤੇ 84 ਸਿੱਧ, ਨੌ ਨਾਥ, 6 ਜਤੀ 64 ਜੋਗਣੀਆਂ ਹੱਥ ਜੋੜ ਲਈ, ਮਹਾਰਾਜ ਮਾੜੇ ਦੇ ਤਾਂ ਹੁਕਮ ਉੜਾ ਦਈਆ ਕਰਦੀਆਂ, ਨਹੀਂ ਇਹ ਹੁਕਮ ਦੇ ਵੱਧੇ ਹੋਏ ਖੜ੍ਹੇ ਰਹਿੰਦੇ ਨੇ। ਸ਼ਹੀਦ ਸਿੰਘ ਥੋੜ੍ਹੀ ਤਾਕਤ ਦੇ ਮਾਲਕ ਨੇ, ਕਿਤੇ ਹੁਕਮ ਦੇ ਵੱਧੇ ਹੋਏ, ਪਹਿਲਾਂ ਹੱਥ ਬੰਨ੍ਹ ਦਿੱਤੇ ਜਾਂਦੇ ਇਹਨਾਂ ਦੇ, ਦਿਖਾਉਣਾ ਨਹੀਂ ਕੁਛ, ਬਸ ਫਿਰ ਉਹ ਠੰਡੇ ਹੋ ਜਾਂਦੇ ਨੇ। ਸਾਰਾ ਕੁਛ ਤੱਤੀ ਤਵੀ 'ਤੇ ਬੈਠ ਕੇ ਹੋਇਆ, ਸੀਸ ਤੱਤਾ ਰੇਤਾ ਸੀਸ ਵਿੱਚ ਪਿਆ, ਪਰ ਇਹੀ ਕਿਹਾ ਕਿ ਤੇਰਾ ਕੀ ਆ ਮਿੱਠਾ ਲੱਗ ਹੈ, ਹਰ ਨਾਮ ਪਦਾਰਥ ਨਾਨਕ ਮੰਗੈ। ਉਹ ਸਾਨੂੰ ਭਾਣਾ ਮੰਨਣਾ ਸਿਖਾਉਣਾ ਸੀ ਉਹਨਾਂ ਨੇ, ਤਾਕਤ ਨਾਲ ਤਾਂ ਉਹ ਹੁਣ ਸਾਰਾ ਕੁਛ ਕਰ ਦੇਣ, ਪਰ ਉਹ ਸਵਾਦ ਨਹੀਂ ਆਉਂਦਾ ਉਸ ਗੱਲ ਦਾ। ਉਹ ਕਹਿੰਦੇ ਮੈਂ ਤੁਹਾਨੂੰ ਸਮਰੱਥ ਬਣਾਉਣਾ ਚਾਹੁੰਦਾ, ਤੁਸੀਂ ਕਿੰਨਾ ਕੁ ਦਿਮਾਗ ਵਰਤਦੇ ਹੋ, ਬੜਾ ਦਿਮਾਗ ਹੈ, ਵਰਤੋ, ਪੂਰੀ ਟੱਕਰ ਲਓ, ਪੂਰੀ ਗੱਲ ਸੁਣਾਓ ਇਹਨਾਂ ਨੂੰ, ਇਹ ਆਪਣਾ ਕੰਮ ਕਰਦੇ, ਅਸੀਂ ਆਪਣਾ ਕਰੀ ਜਾਂਦੇ ਹਾਂ, ਬਹੁਤ ਪਰੇਸ਼ਾਨ ਤਾਂ ਹੁੰਦੇ ਹਾਂ ਅਸੀਂ। ਮਹਾਰਾਜ ਕਹਿੰਦੇ ਕੋਈ ਨਹੀਂ, ਮਾ ਦੂਲੋ ਦੇਈ ਨੂੰ ਜਦੋਂ ਹੁਕਮ ਕੀਤਾ ਸੀ ਤੂੰ ਦਾੜਮ ਬੀਰਜ ਦੈਂਤ ਨਾਲ ਪਹਿਲਾਂ ਜੰਗ ਕਰ, ਫਿਰ ਤੇਰੇ ਨਾਲ ਸ਼ਾਦੀ ਕਰਾਂਗੇ, ਮਾਤਾ ਸਾਹਿਬ ਕੌਰ ਦੇ ਬਚਨ ਦੱਸਦਾ ਮੈਂ, ਜਦੋਂ ਦਾੜਮ ਬੀਰਜ ਦੈਂਤ ਦੇ ਨਾਲ ਅਕਾਲ ਪੁਰਖ ਦਾ ਖੰਡੇ ਨਾਲ ਖੰਡਾ ਖੜ ਕੇ ਉਹਦੀ ਅੱਗ ਦੀ ਲਾਟ ਵਿੱਚੋਂ ਦੂਲੋ ਦੇਈ ਪ੍ਰਗਟ ਹੋਈ,
ਉਹੀ ਮਾਤਾ ਸਾਹਿਬ ਕੌਰ ਬਣੀ ਹੋ, ਅਕਾਲ ਸ਼ਕਤੀ ਹੈ ਇਹ। ਉਹਦੇ ਚਿੱਤਰ ਕੱਲ੍ਹ ਵੀ ਵੰਡੇ ਆ, ਇੱਥੇ ਵੀ ਦੇ ਕੇ ਜਾਵਾਂਗੇ ਮਾਤਾ ਜੀ ਦੇ। ਉਸ ਵਕਤ ਕਹਿੰਦੇ ਪਹਿਲਾਂ ਜੰਗ ਕਰ, ਮਾਤਾ ਜੀ ਨੇ ਫਿਰ ਜੰਗ ਕੀਤਾ, ਬਹੁਤ ਜੰਗ ਹੋਇਆ, ਬੜਾ ਜੰਗ ਲੜੀ ਮਾਤਾ ਫਿਰ ਉਹਨਾਂ ਨਾਲ। ਅਖੀਰ ਥੱਕ ਕੇ ਕਹਿੰਦੀ ਹੇ ਨਿਰੰਕਾਰ ਹੁਣ ਮੇਰੀ ਮਦਦ ਕਰੋ, ਹੁਣ ਮੈਂ ਚੱਲੀ। ਉਦੋਂ ਪ੍ਰਗਟ ਹੋ ਕੇ ਫਿਰ ਸਿਰ ਵੜਤਾ ਉਹਦਾ ਦੈਂਤ ਦਾ, ਪੁੰਨ ਰਾਕਸ਼ਸ ਕਾ ਕਾਟਾ ਸੀਸਾ, ਸ੍ਰੀ ਸਕੇਤ ਜਗਤ ਕੇ ਹਿੱਸਾ। ਉਦੋਂ ਜਦੋਂ ਸਿਰ ਵੱਢਿਆ ਕਹਿੰਦੇ ਜਾਓ ਹੁਣ ਦਸਵੇਂ ਜਾਮੇ 'ਚ ਵਰਾਂਗੇ ਤੁਹਾਨੂੰ। ਪਹਿਲਾਂ ਪੂਰਾ ਜ਼ੋਰ ਲਵਾਉਂਦੇ, ਇੱਕ ਵਾਰੀ ਭਾਈ ਮੰਝ ਦਾ ਸਿਰੇ ਤੱਕ ਜ਼ੋਰ ਲਵਾਇਆ, ਜਦ ਖੂਹ 'ਚ ਜਾ ਕੇ ਡਿੱਗੇ ਫੇਰ ਕੱਢੇ ਸੀ। ਇਹ ਪਹਿਲਾਂ ਜ਼ੋਰ ਲਵਾਉਂਦੇ ਨੇ, ਤੇਰੇ ਕਿੰਨਾ ਜ਼ੋਰ ਹੈ, ਤੂੰ ਕਿੰਨੀ ਕੁ ਸੇਵਾ ਕਰ ਸਕਦਾ, ਪਹਿਲਾਂ ਤੈਨੂੰ ਦੇਖਣਾ ਤੂੰ ਕਿੰਨੀ ਕੁ ਜੰਗ ਲੜ ਸਕਦਾ ਅੱਗੇ ਹੋ ਕੇ। ਅਸੀਂ ਹੁਣ ਤਾਂ ਹੱਥ ਖੜੇ ਕਰਨੇ ਮਾਰੇ, ਹੁਣ ਸਾਡੇ ਹੱਥ ਖੜੇ ਆ ਜੀ, ਹੁਣ ਅਸੀਂ ਲੜ ਸਕਦੇ। ਕਹਿੰਦੇ ਹੋਰ ਲੜੋ, ਹਲੇ ਧਰਮ ਯੁੱਧ ਹੈ ਇਹ, ਹੋਰ ਲੜੋ, ਕੋਈ ਨਹੀਂ ਜਦੋਂ ਐਨ ਸਿਰੇ ਆ ਜੂ ਗੱਲ ਸਾਂਭ ਲਾਂਗੇ, ਉਦੋਂ ਹੀ ਸਾਂਭ ਲਾਂਗੇ। ਸਾਂਭ ਵੀ ਲੈਣਾ ਉਹਨਾਂ ਨੇ, ਉਹ ਤਾਂ ਸਾਨੂੰ ਦੇਖਦੇ ਨੇ ਵੀ ਇਹ ਕਿੰਨਾ ਕੁ ਜ਼ੋਰ ਲਾ ਸਕਦੇ ਨੇ। ਇਉਂ ਵਿਰੋਧੀ ਵੀ ਇੱਕ ਪਾਸੇ ਆਪਣਾ ਰੌਲਾ ਪਾਈ ਜਾਂਦੇ ਆ, ਅਤੇ ਜਿੱਦਣ ਉਹਨਾਂ ਨੂੰ ਦਿਖਾਉਣਾ ਸਕਿੰਟ ਵੀ ਨਹੀਂ ਲੱਗਣਾ, ਐਂ ਕਰ ਦੇਣਾ ਸੂਰਜ ਨੇ ਚੱਲ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਸਾਧ ਕੀ ਉਪਮਾ ਤੇ ਉਹ ਗੁਣ ਤੇ ਦੂਰ। ਜਿਹੜੀ ਸਾਧਨਾ ਕਰਨ ਵਾਲੇ ਸੰਤਾਂ ਦੀ ਉਪਮਾ ਰਜੋ ਸਤੋ ਤਮੋ ਤਿੰਨਾਂ ਗੁਣਾਂ ਤੋਂ ਤਾਂ ਉੱਪਰ ਚੌਥੇ ਪਦ ਵਿੱਚ ਹੈ, ਤਿੰਨਾਂ ਗੁਣਾਂ ਤੋਂ ਉੱਪਰ ਜਾ ਕੇ ਪਦ ਵੀ। ਸਾਧ ਕੀ ਉਪਮਾ ਰਹੀ ਭਰਪੂਰ, ਸਾਧਨਾ ਕਰਨ ਵਾਲੇ ਤਪੱਸਿਆ ਕਰਨ ਵਾਲੇ ਗੁਰਮੁਖਾਂ ਦੀ ਸੰਤਾਂ ਦੀ ਉਪਮਾ ਸਾਰਿਆਂ ਸਥਾਨਾਂ ਨਾਲ, ਸਾਰਿਆਂ ਸਥਾਨਾਂ ਦੇ ਉੱਤੇ ਕਹਿੰਦੇ ਭਰਪੂਰ ਕੀ ਪੂਰਨ ਰੂਪ ਵਿੱਚ ਸਮਾ ਰਹੀ ਹੈ। ਇਹ ਸਾਧਨਾ ਨਹੀਂ ਹੁੰਦੀ ਕਿ ਆਪਾਂ ਇੱਕ ਘੰਟਾ ਕਥਾ ਸੁਣੀ ਹੈ ਜੀ, ਸਾਧਨਾ ਤਾਂ ਉੱਥੇ ਜਾਓ ਦੇਖੋ, ਬਾਬਾ ਹਰਨਾਮ ਸਿੰਘ ਦੇ ਰਾਮਪੁਰ ਖੇੜੇ ਜਾ ਕੇ ਦੇਖੋ ਸਾਧਨਾ। 2010 ਵਿੱਚ ਅਸੀਂ ਆਸਟ੍ਰੇਲੀਆ 'ਚ ਇਹ ਕਰਾਇਆ ਸੀ 7 ਦਿਨ ਦਾ ਸਮਾਗਮ, ਹੋਏ ਤਾਂ ਔਖੇ ਸਾਰੇ, ਲੱਕ ਦੁਖਣ ਲੱਗ ਗਏ ਕਿ ਲੱਤਾਂ ਦੁਖਣ ਲੱਗ ਗਈਆਂ। ਚਲੋ ਇੱਕ ਦੋ ਸਿੰਘ ਉਹ ਟ੍ਰੀਟਮੈਂਟ ਵਾਲੇ ਵੀ ਸੱਦੇ ਹੋਏ ਸੀਗੇ, ਐਕੂਪ੍ਰੈਸ਼ਰ ਵਾਲੇ, ਪਰ ਬਈ ਐਂ ਆਨੰਦ ਬਣ ਗਿਆ। 7ਵੇਂ ਦਿਨ ਲੋਕ ਘਰ ਨੂੰ ਨਾ ਜਾਣ, ਕਹਿੰਦੇ ਬਸ ਹੁਣ ਇੱਥੇ ਹੀ ਜੀ ਲੱਗ ਗਿਆ, ਇੱਥੇ ਹੀ ਮਨ ਲੱਗ ਗਿਆ, ਇੱਥੇ ਹੀ ਮਨ ਜੁੜ ਗਿਆ। ਘਰ ਜਾ ਜਾ ਕੇ ਲੋਕ ਰੋ ਰੋ ਕੇ ਫੋਨ ਕਰਦੇ ਸੀ, ਗਿਆਨੀ ਜੀ ਹੁਣ ਉਹ ਟਾਈਮ ਕਦੋਂ ਆਊਗਾ, ਉਹ ਕਦੋਂ ਆਨੰਦ ਬਣੂਗਾ। ਘਰ ਆ ਕੇ ਤਾਂ ਉਹੀ ਬਸ ਕੰਮ ਕਰ ਲਓ, ਨਿਆਣਿਆਂ ਦਾ ਰੌਲਾ, ਟੀਵੀ ਆ ਜੀ ਫਲਾਨੀ ਗੱਲ, ਚੁਗਲੀ, ਨਿੰਦਾ। ਇਹ ਤਾਂ ਆਨੰਦ ਬਣ ਸਕਦਾ ਜੇ ਤੁਸੀਂ ਲਾਈਫ ਨੂੰ ਘਰ ਵਿੱਚ ਰਹਿ ਕੇ ਵੀ ਸਾਰਾ ਕੁਛ ਬੰਦ ਕਰਨਾ। ਹੁਣ ਅਸੀਂ ਬਠਿੰਡੇ ਸੰਗਰੂਰ ਜ਼ਿਲ੍ਹੇ 'ਚ ਬੀਬੀਆਂ ਨੂੰ ਸੈਂਚੀਆਂ ਵੰਡਦੇ ਹਾਂ, ਨਾਲ ਪੈਨ ਡਰਾਈਵ ਵਾਲੀ ਇੱਕ ਮਸ਼ੀਨ ਜੀ ਦਿੰਦੇ ਹਾਂ, ਉਹ ਪਾਠ ਸੁਣਦੀਆਂ। ਉਹਨਾਂ ਨੂੰ ਕਹਿੰਦੇ 4 ਪਾਠ ਜਿਹੜੀ ਬੀਬੀ ਸਾਲ ਦੇ ਸੁਣੂਗੀ ਉਹਨੂੰ ਫਰੀ ਪੋਥੀਆਂ, ਨਾਲ ਇੱਕ ਚੋਲੀਆਂ, ਨਾਲ ਬਹੁਤ ਵਧੀਆ ਰੇਲ ਦਿੰਦੇ ਹਾਂ, ਨਾਲ ਮਸ਼ੀਨ ਦਿੰਦੇ ਹਾਂ, 1100 ਰੁਪਏ ਦਾ ਸੈੱਟ ਆ ਸਾਰਾ। ਉਹਨਾਂ ਨੂੰ ਪੜ੍ਹਨ ਕਰਾਈ ਦਾ ਕੁੜੀਆਂ ਨੂੰ, ਜਿਹੜੀਆਂ ਬੀਬੀਆਂ ਪਿੰਡਾਂ ਮਾਈਆਂ ਪਾਈ, ਵੀ ਬੀਬੀ ਉਹ ਟੀਵੀ ਦੇਖਣਾ ਬੰਦ ਕਰੋ, ਕਿਉਂਕਿ ਜੇ ਮਾਂ ਚੰਗੀ ਹੋਊ ਤਾਂ ਔਲਾਦ ਚੰਗੀ ਹੋ। ਆ ਜਿੰਨੇ ਹੁਣ ਸਾਡੇ ਐਕਟਰ ਜੰਮੇ ਹੋਏ ਘਰਾਂ 'ਚ ਆ ਕੇਸ ਕਟਾਏ, ਇਸੇ ਕਰਕੇ ਕਟਾਏ ਨੇ ਨਾ, ਕਿ ਇਹ ਦੇਖਦੀਆਂ ਟੀਵੀ ਦੇਖਦੇ ਦੇਖਦੇ ਦੇ ਜਿਹੜੇ ਨਿਆਣੇ ਪੈਦਾ ਹੋਏ ਨੇ ਉਹ ਵਾਹਿਗੁਰੂ ਤਾਂ ਕਹਿੰਦੇ ਨਹੀਂ। ਆ ਪਿੱਛੇ ਜੇ ਹੁਣ USA ਵਾਲਿਆਂ ਨੇ ਇੱਕ ਕੀਤਾ ਪ੍ਰੈਕਟੀਕਲ, ਉਹ ਇੱਕ ਮਾਤਾ ਦੇ ਜਦੋਂ ਬੱਚਾ ਹੋਣ ਵਾਲਾ ਸੀ ਉਹਨੂੰ 20 ਮਿੰਟ ਰੋਜ਼ ਇੱਕ ਧੁਨ ਉਹਨੂੰ ਸੁਣਾਉਣੀ, ਜਦੋਂ ਬੇਟਾ ਪੈਦਾ ਹੋਇਆ ਉਹਨਾਂ ਨੇ ਪਰੇ ਪਾਤਾ ਉਹਨੂੰ, ਉਹ ਰੋਣ ਲੱਗ ਗਿਆ, ਹੁਣ ਭੁੱਖ ਤਾਂ ਲੱਗੀ ਹੁੰਦੀ ਨਿਆਣੇ ਨੂੰ। ਉਹਨਾਂ ਨੇ ਉਹਦੀ ਟਿਊਨ ਲਾ ਤੀ ਗੋਲੇ, ਉਹ ਖੇਡਣ ਲੱਗ ਗਿਆ, ਲੱਤਾਂ ਮਾਰਨ ਲੱਗ ਕੇ, ਚੁੱਪ ਕਰਕੇ ਖੁਸ਼ ਹੋ ਗਿਆ ਵੀ ਉਹੀ ਟਿਊਨ ਉਹਨੂੰ ਜਿਹੜੇ ਅੰਦਰ ਸੁਣਦੀ ਸੀ ਬਾਹਰ ਵੀ ਸੁਣ। ਜੰਮਦੇ ਨਿਆਣੇ ਕਹਿਣਗੇ ਟੀਵੀ ਦੇਖਣਾ ਮੈਂ, ਕਿਉਂ ਜਦੋਂ ਮਾਤਾ ਦੇ ਉਦਰ ਵਿੱਚ ਸੀ ਉਦੋਂ ਵੀ ਉਹ ਟੀਵੀ ਉਹ ਦੇਖਦਾ ਸੀ। ਇਸ ਕਰਕੇ ਉਹ ਜਿਹੜੀ ਸਾਡੀ ਜ਼ਿੰਦਗੀ ਸੀ ਸਾਰੀ ਖਰਾਬ ਹੈ ਇਸ ਵਕਤ। ਜੇ ਸਵੇਰ ਤੋਂ ਲੈ ਕੇ ਰਾਤ ਤੱਕ ਇੱਕ ਐਸੀ ਜ਼ਿੰਦਗੀ ਜਿਉਂ ਹੀ ਜਾਵੇ ਨਾ, ਅਖਬਾਰ ਮੈਗਜ਼ੀਨ ਟੀਵੀ ਨਿੰਦਾ ਚੋਲੀ ਵਧੀ ਵਕੀਲੀ ਛੱਡ ਕੇ ਇੱਕ ਭਗਤੀ ਵਾਲਾ ਜੀਵਨ ਹੋਵੇ ਮਾਤਾ ਦਾ, ਉਹਨਾਂ ਦੇਖੋ ਉਧਰ ਇੰਨਾ ਮੋੜ ਪੈ ਗਿਆ ਪਿੰਡਾਂ ਵਿੱਚ, 70-70 80-80 ਮਾਈਆਂ ਬੀਬੀਆਂ ਪਾਠ ਕਰਦੀਆਂ, ਭਾਈ ਉਹ ਕਈ ਕਹਿੰਦੇ ਲੱਗ ਸਾਨੂੰ ਹੁਣ ਪਤਾ ਲੱਗਿਆ, ਐਵੇਂ ਜਲੇਬੀਆਂ ਖਵਾ ਖਵਾ ਕੇ ਲੰਗਰ ਹੈ ਜੀ। ਇਹ ਖਰਚਾ ਕਰਨ ਦੀ ਵਜ੍ਹਾ ਵੀ ਜਲੇਬੀਆਂ ਖਵਾਉਣੀਆਂ, ਜਲੇਬੀਆਂ ਖਾ ਕੇ ਕਿਹੜਾ ਗੁਰਮਤ ਆਉਂਦੀ ਆ, ਜਾਂ ਹੋਰ ਮਖਾਣੇ ਮਖੂਣੇ ਜੇ ਖਾ ਕੇ ਲੰਗਰ ਛੱਕ ਕੇ ਕਿਹੜਾ ਗੁਰਮਤ ਆਉਂਦੀ ਕਿਤੇ।
ਉਹੀ ਅਸੀਂ ਕਿਹਾ ਖਰਚਾ ਕਰੋ, ਇਹਨਾਂ ਨੂੰ ਪੋਥੀਆਂ ਦਿਓ, ਇਹਨਾਂ ਨੂੰ ਗੁਟਕੇ ਦਿਓ ਲਿਆ ਕੇ ਭਾਵ ਪੋਥੀਆਂ ਛੋਟੀਆਂ ਦਿਓ, ਇਹਨਾਂ ਨੂੰ ਅੰਮ੍ਰਿਤ ਸੰਚਾਰ ਅਸੀਂ ਕਰਾਉਂਦੇ ਹਾਂ। ਹੁਣ ਇਹ ਜਦੋਂ ਸ਼ੁਰੂ ਕੀਤਾ, ਹੁਣ ਕਿਉਂਕਿ ਲੋਕ ਅੱਕੇ ਵੀ ਬੜੇ ਪਏ ਨੇ ਕਰਜ਼ਿਆਂ ਤੋਂ, ਦੁੱਖ ਤੋਂ, ਨਸ਼ਿਆਂ ਤੋਂ, ਨਿਆਣੇ ਵਿਗੜੇ ਪਏ ਸੀ, ਹੁਣ ਜਦੋਂ ਇਹ ਚੀਜ਼ ਮਿਲੀ ਤਾਂ ਉਹਨਾਂ ਨੂੰ ਹੁਣ ਕੁਛ ਗਿਆਨ ਹੋਇਆ। ਆ ਕਥਾ ਇੰਨੀ ਵੱਡੀ ਆ, ਇੰਨੀ ਕਥਾ ਵੱਡੀ ਤਾਂ ਉਹਦੇ ਨਾਲ ਬਹੁਤ ਫਰਕ ਪੈ ਗਿਆ। ਮੈਨੂੰ ਉਮੀਦ ਆ ਇਸ ਗੱਲ ਦੀ ਵੀ ਜੇ 5 ਸਾਲ ਇੱਦਾਂ ਹੀ ਚੱਲ ਰਹੇ ਸੀ ਤਾਂ 5 ਸਾਲਾਂ ਵਿੱਚ ਤੁਹਾਨੂੰ ਹੁਣ ਬੱਸ 'ਚ ਬੈਠੋ ਤਾਂ ਇੱਕ ਗਾਤਰਾ ਦਿਖ ਜਾਏ ਤਾਂ ਸ਼ੁਕਰ ਮਨਾਉਂਦੇ ਹਾਂ ਅਸੀਂ। ਮੈਨੂੰ ਉਮੀਦ ਆ ਵੀ ਆਉਣ ਵਾਲੇ ਸਮੇਂ ਵਿੱਚ ਅੱਧੀ ਬੱਸ ਵਿੱਚ ਘੱਟੋ ਘੱਟ ਗਾਤਰਿਆਂ ਵਾਲੇ ਬੰਦੇ ਹੋਣਗੇ, ਜਿਸ ਕਰਕੇ ਅਸੀਂ ਕਾਮਯਾਬ ਹੋਵਾਂਗੇ। ਪਰ ਸਤਿਗੁਰੂ ਮਹਾਰਾਜ ਕਿਰਪਾ ਕਰਨ, ਸਾਧਕੀ ਸੋਭਾ ਕਾ ਨਾਹੀ ਅੰਤ। ਸਾਧਨਾ ਕਰਨ ਵਾਲੇ ਗੁਰਮੁਖ ਪਿਆਰਿਆਂ ਦੀ ਮਹਿਮਾ ਦਾ ਕੋਈ ਅੰਤ ਨਹੀਂ ਆਉਂਦਾ ਹੁੰਦਾ। ਸਾਧਕੀ ਸੋਭਾ ਸਦਾ ਬੇਅੰਤ, ਸੰਤਾਂ ਦੀ ਸੋਭਾ ਸਦਾ ਹੀ ਬੇਅੰਤ ਹੈ, ਬੇਅੰਤ ਸੋਭਾ ਹੈ, ਕਿਉਂਕਿ ਉਹ ਹੋਰ ਚੀਜ਼ ਹੁੰਦੀ ਅਸਲ ਵਿੱਚ। ਜਦੋਂ ਤੱਕ ਉਸ ਅਵਸਥਾ ਵਿੱਚ ਨਾ ਜਾਵੇ, ਅੰਦਰ ਪ੍ਰਕਾਸ਼ ਨਾ ਹੋਵੇ, ਅਤੇ ਨਿਰਾਲੀਆਂ ਹੀ ਖੇਡਾਂ ਹੁੰਦੀਆਂ, ਬਹੁਤ ਨਿਰਾਲੀਆਂ ਖੇਡਾਂ ਹੁੰਦੀਆਂ। ਇੱਥੇ ਸਟੇਜਾਂ 'ਤੇ ਸੁਣਾਉਣ ਵਾਲੀਆਂ ਗੱਲਾਂ ਹੀ ਨਹੀਂ, ਕਿਉਂਕਿ ਫਿਰ ਉਹ ਕਹਿੰਦੇ ਇਹ ਕਿੱਦਾਂ ਹੋ ਗਿਆ, ਇਹ ਹੋ ਹੀ ਨਹੀਂ ਸਕਦਾ। ਉਹਨਾਂ ਲਈ ਨਹੀਂ ਹੋ ਸਕਦਾ ਜਿਹਨੇ ਬਾਣੀ ਪੜ੍ਹਨੀ ਨਹੀਂ, ਬਸ ਸਿਰਫ ਐਵੇਂ ਮੀਟ ਹੀ ਖਾਈ ਜਾਣਾ, ਆਮਲੇਟ ਖਾਈ ਜਾਣਾ, ਅਤੇ ਨਾਲ ਬੈਠੇ ਕਹੀ ਜਾਣਾ ਇੱਦਾਂ ਨਹੀਂ ਹੋ ਸਕਦਾ, ਇੱਦਾਂ ਨਹੀਂ ਹੋ ਸਕਦਾ। 5 ਕਕਾਰ ਰਾਤ ਨੂੰ ਲਾ ਕੇ ਪਰੇ ਕਰਨੇ, ਅਤੇ ਕਕਾਰ ਵੀ ਲਾਹੌਰ ਨੂੰ ਨਿਤਰੇ ਵੀ ਨਹੀਂ ਕਰਨਾ ਹੈ ਕੋਈ, ਜਿਹਦੀ ਕੋਈ ਸ਼ਰਧਾ ਵੀ ਨਹੀਂ ਹੈ, ਜਿਹੜਾ ਸਿਰਫ ਪੈਸਿਆਂ ਦਾ ਪੁੱਤ ਹੈ, ਉਹ ਬੰਦੇ ਨੂੰ ਕਿੱਥੋਂ ਦਰਸ਼ਨ ਹੋ ਜਾਣਗੇ, ਕਿੱਥੋਂ ਪ੍ਰਕਾਸ਼ ਹੋਜੂ, ਇਹਨੇ ਕਿੱਥੇ ਕੌਤਕ ਵਰਤ ਜਾਣਗੇ ਇਹੋ ਜਿਹੇ। ਇਸ ਕਰਕੇ ਉਹ ਆਪ ਤਾਂ ਟੁੱਟਿਆ ਹੀ ਹੋਇਆ, ਲੋਕਾਂ ਨੂੰ ਵੀ ਤੋੜਦਾ ਨਾਲ। ਸਾਧ ਕੀ ਸੋਭਾ ਉੱਚ ਤੇ ਉੱਚੀ, ਉੱਚਿਆਂ ਤੋਂ ਉੱਚੀ, ਉੱਚੇ ਕੌਣ ਨੇ? ਮਨੁੱਖ ਤੋਂ 84 ਲੱਖ ਜੂਨ ਵਿੱਚ ਸਭ ਤੋਂ ਉੱਚਾ ਮਨੁੱਖ ਹੈ। ਮਨੁੱਖ ਤੋਂ ਉੱਤੇ ਦੇਵਤੇ, ਦੇਵਤਿਆਂ ਤੋਂ ਉੱਤੇ ਬ੍ਰਹਮਾ, ਵਿਸ਼ਨੂੰ, ਮਹੇਸ਼, ਉਹਨਾਂ ਤੋਂ ਉੱਤੇ ਮਾਇਆ, ਉਹਦੇ ਉੱਤੇ ਸਾਧ ਦੀ ਸੋਭਾ ਹੈ, ਊਚ ਤੇ ਉੱਚੀ। ਉਹ ਊਚ ਤੇ ਉੱਚੀ ਕਿਉਂਕਿ ਐਸੀ ਸੋਭਾ ਤਾਂ ਬਣੀ ਹੈ ਕਿ ਅਤ ਉੱਚਾ ਤਾਕਾ ਦਰਬਾਰਾ, ਅੰਤ ਨਹੀਂ ਕਿਛ ਪਾਰਾ ਵਾਰਾ। ਵੱਡਾ ਸਾਹਿਬ ਉੱਚਾ ਥਾਂ, ਉੱਚੇ ਉੱਪਰ ਉੱਚਾ ਨਾਂ, ਏਵਡ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੇ ਸੋਏ। ਸਾਧ ਕੀ ਸੋਭਾ ਮੂਚ ਤੇ ਮੂਚੀ, ਮੂਚੀ ਹੁੰਦੀ ਬਹੁਤ ਬਹੁਤ ਫੈਲੀ ਹੋਈ ਹੈ, ਮੂਚਾ ਬਹੁਤ ਵੱਡੀ ਸੋਭਾ ਹੁੰਦੀ, 3 ਲੋਕਾਂ ਦੇ ਵਿੱਚ ਸੋਭਾ ਹੁੰਦੀ ਹੈ, ਦੁਨੀਆਂ ਵਿੱਚ ਉਹਨਾਂ ਦੀ ਸੋਭਾ ਹੁੰਦੀ ਹੈ, ਚਾਰੇ ਪਾਸੇ ਉਹਨਾਂ ਦੀ ਸੋਭਾ, ਜੁਗ ਜੁਗ ਹੋਈ ਕੋਈ ਨਾ ਮੇਟਣ ਹਾਰਾ। ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਉਹ ਧਰੂ ਪ੍ਰਹਿਲਾਦ ਕਦੋਂ ਕੋਏ ਨੇ? 35-40 ਲੱਖ ਸਾਲ ਪਹਿਲਾਂ ਸਤਯੁਗ ਦੇ ਵਿੱਚ ਹੋਏ। ਅੱਜ ਵੀ ਸੋਭਾ ਕਾਇਮ ਹੈ, ਰਹਿੰਦੀ ਦੁਨੀਆਂ ਤੱਕ। ਅਟਲ ਭਇਓ ਤੂੰ ਜਾ ਕੇ ਸਿਮਰ ਨਾਲ ਨਿਰਭੈ ਪਦ ਪਾਇਆ। ਮੂਚ ਤੇ ਮੂਚੀ, ਗੁਰਬਖਸ਼ ਸਾਧ ਨੂੰ ਡਿਊਟੀ ਦਿੱਤੀ ਸੀ 10ਵੇਂ ਪਾਤਸ਼ਾਹ ਜੀ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ, ਗੁਰਬਖਸ਼ ਸਾਧ ਨੂੰ ਕਹਿੰਦੇ ਧੂਪ ਬੱਤੀ ਕਰਦਾ ਰਹੀ, ਅਸੀਂ ਹੁਣ ਚੱਲੇ ਹਾਂ, ਫਿਰ ਆ ਕੇ ਆਪੇ ਖਾਲਸਾ ਸੰਭਾਲੂਗਾ। ਇਉਂ ਨਹੀਂ ਕਿ ਇਹ ਸਾਰੀਆਂ ਚੀਜ਼ਾਂ ਨਿੰਦਣਯੋਗ ਨਹੀਂ ਹੁੰਦੀਆਂ। ਬੜੇ ਜਤੀ ਸਤੀ ਮਹਾਂਪੁਰਖ ਬੈਠੇ ਨੇ ਦੁਨੀਆਂ 'ਚ, ਪਹਿਲਾਂ ਵੀ ਸੀ, ਮਹਾਰਾਜ ਦੇ ਵੇਲੇ ਵੀ ਸੀ। ਹੁਣ ਸਤਿਗੁਰੂ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, 5ਵੇਂ ਪਾਤਸ਼ਾਹ ਕਹਿੰਦੇ ਨੇ, ਸਾਧ ਕੀ ਸੋਭਾ ਸਾਧ ਬਣ ਆਈ। ਕਹਿੰਦੇ ਸਾਧੂਆਂ ਸੰਤਾਂ ਦੀ, ਸੰਗਤਾਂ ਦੀ, ਸੰਤਾਂ ਨੂੰ ਹੀ ਸੋਭਾ ਬਣ ਆਉਂਦੀ ਆ, ਉਹਦੀ ਸੋਭਾ ਆਪਾਂ ਕਰ ਨਹੀਂ ਸਕਦੇ। ਸਾਧ ਕੀ ਸੋਭਾ ਆਤਮਸਕੀਨੀ, ਉਹ ਸਾਧੂ ਦੀ ਸੋਭਾ ਆਪਾਂ ਕਰ ਨਹੀਂ ਸਕਦੇ, ਕਰਾਂਗੇ ਤਾਂ ਆਪਾਂ ਘਾਟੇ 'ਚ ਰਹਿ ਜਾਂਗੇ, ਆਪਾਂ ਉਹਦੇ ਅੰਦਾਜ਼ਾ ਲਾ ਹੀ ਨਹੀਂ ਸਕਦੇ। ਕਿਉਂ ਨਹੀਂ ਕਰ ਸਕਦੇ? ਕਿਉਂਕਿ ਜਦੋਂ ਅੰਦਰੋਂ ਹੋਂ ਮੁੱਕ ਜਾਂਦੀ ਹੈ, ਅੰਦਰ ਤੂੰ ਹੀ ਤੂੰ ਹੀ ਤੂੰ ਹੀ ਹੈ, ਅੰਦਰ ਸਿਮਰਨੀ ਆ, ਅੰਦਰ ਪ੍ਰਕਾਸ਼ ਹੋ ਜਾਂਦਾ ਹੈ, ਉਦੋਂ ਰੱਬ ਵਿੱਚ ਅਭੇਦ ਪੁਰਸ਼ਾਂ ਦੀ ਸੋਭਾ ਕੋਈ ਕਰ ਨਹੀਂ ਸਕਦਾ, ਕਿਉਂਕਿ ਉਹ ਖੁਦ ਹੀ ਰੱਬ ਰੂਪ ਹੋ ਜਾਂਦੇ ਨੇ, ਖੁਦ ਹੀ ਲੀਨ ਹੋ ਜਾਂਦੇ ਨੇ ਪਰਮਾਤਮਾ ਦੇ ਵਿੱਚ। ਨਾਨਕ ਸਾਧ ਪ੍ਰਭ ਭੇਦ ਨਾ ਪਾਏ। ਸਤਿਗੁਰੂ ਕਹਿੰਦੇ ਸਾਧੂ ਅਤੇ ਪ੍ਰਭੂ ਵਿੱਚ ਫਿਰ ਕੋਈ ਫਰਕ ਨਹੀਂ ਰਹਿ ਜਾਂਦਾ। ਰਵਿਦਾਸ ਭਣੈ ਜੋ ਜਾਣੈ ਸੋ ਜਾਣ, ਸੰਤ ਅਨੰਤ ਹੈ ਅੰਤਰ ਨਾਹੀ। ਫਰਕ ਨਹੀਂ ਹੈ ਕੋਈ, ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਜ ਤਰੰਗ ਜੋ ਜਲ ਹੀ ਵਿਖੈ ਸਮਾਹ।
ਇਹ ਸੰਸਾਰ ਨੂੰ ਬਹੁਤਾ ਨਹੀਂ ਗਿਆਨ ਹੁੰਦਾ ਇਹਨਾਂ ਗੱਲਾਂ ਦਾ, ਇਹ ਤਾਂ ਅੰਦਰੋਂ ਹੀ ਲੀਨ ਹੋ ਜਾਂਦੇ ਬੈਠੇ ਹੀ, ਔਰ ਗੁਰੂ ਸਾਹਿਬ ਦੀ ਕਿਰਪਾ ਹੋ ਜਾਂਦੀ ਹੈ। ਜਦੋਂ ਇਹ ਇੱਕ ਅਵਸਥਾ ਹੁੰਦੀ, ਸ਼ੁਭ ਇੱਛਾ ਸ਼ੁਭ ਵਿਚਾਰਨਾ ਤਨੂ ਮਾਨਸਾਂਸ ਸਖਤ ਪਦਾਰਥਾ ਭਾਵਨੀ, ਫਿਰ ਤੁਰੀ ਅਵਸਥਾ ਹੈ। ਕੱਲ੍ਹ ਤੁਰੀ ਅਵਸਥਾ ਸ਼ੁਰੂ ਹੋਣੀ ਬ੍ਰਹਮ ਗਿਆਨ ਦੀ ਅਸ਼ਟਪਦੀ। ਕੱਲ੍ਹ ਦੇਖੋ ਬ੍ਰਹਮ ਗਿਆਨ ਕੀ ਚੀਜ਼ ਹੁੰਦੀ ਅਤੇ ਕਿਹਨੂੰ ਹੁੰਦਾ, ਕਦੋਂ ਹੁੰਦਾ। ਬ੍ਰਹਮ ਗਿਆਨ ਬਹੁਤ ਉੱਚੀ ਇਹ ਬੰਦੇ ਦੇ ਅੰਦਰ ਹੀ ਅਵਸਥਾ ਬਣਦੀ ਹੈ। ਹੁਣ ਸਾਰਿਆਂ ਨੂੰ ਗਿਆਨ ਹੈ, ਕਿਸੇ ਨੂੰ ਕੋਈ ਗਿਆਨ ਹੈ, ਕਿਸੇ ਨੂੰ ਕੋਈ ਗਿਆਨ ਹੈ, ਕਿਸੇ ਨੂੰ ਕੋਈ ਗਿਆਨ ਹੈ, ਪਰ ਜਿਨ੍ਹਾਂ ਨੂੰ ਗਿਆਨ ਅੰਜਨ ਗੁਰੂ ਨੇ ਦਿੱਤਾ ਹੈ, ਅਗਿਆਨ ਅੰਧੇਰ ਵਿਨਾਸ਼ ਹੋਇਆ ਹੈ, ਉਹਨਾਂ ਦੇ ਹਿਰਦੇ 'ਚ ਮਨ ਪ੍ਰਕਾਸ਼ ਜਦੋਂ ਹੋਇਆ ਤਾਂ ਉਹਨੂੰ ਕਹਿੰਦੇ ਨੇ ਇਹਨੂੰ ਬ੍ਰਹਮ ਗਿਆਨ। ਉਹਦੀ ਅਵਸਥਾ ਆਪਾਂ ਕੱਲ੍ਹ ਨੂੰ ਹੁਣ ਸ਼ਰਵਣ ਕਰਾਂਗੇ। ਜਿੰਨਾ ਸ਼ਰਵਣ ਕੀਤਾ ਇਹਨੂੰ ਆਪਣੇ ਹਿਰਦੇ 'ਚ ਵਸਾਈਏ, ਸਤਿਗੁਰੂ ਮਿਹਰ ਭਰਿਆ ਹੱਥ ਰੱਖਣ। ਆਓ ਸੇਵਾ ਲਈ ਚਾਓ ਪੈਦਾ ਕਰੋ। ਮੈਂ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਨੀ, ਘਰੇ ਪਈਆਂ ਪੋਥੀਆਂ ਦੀ ਸੇਵਾ ਕਰ ਲਓ। ਔਰ ਤੁਹਾਡੇ ਘਰ ਪੋਥੀਆਂ ਨੇ, ਤੁਸੀਂ ਕਹੋਗੇ ਇਹ ਗੱਲ ਕੀ ਹੈ, ਰੋਜ਼ ਥੋੜ੍ਹੀ ਰੁਮਾਲੇ ਧੋਈਦੇ ਹੁੰਦੇ ਆ। ਮੈਂ ਕਹਿੰਦਾ ਰੋਜ਼ ਧੋਣ ਲੱਗ ਜਾਓ, ਰੋਜ਼ ਸੁਕਾ ਕੇ ਪ੍ਰੈਸ ਕਰੋ, ਦੋ ਤਿੰਨ ਜੋੜੀਆਂ ਰੁਮਾਲਿਆਂ ਦੀਆਂ ਰੱਖੋ, ਉਹ ਤੁਸੀਂ ਘਰੇ ਹੀ ਸੇਵਾ ਕੱਢ ਲਓ। ਰੋਜ਼ ਜਿੱਥੇ ਪੋਥੀਆਂ ਰੱਖੀਆਂ ਉਹ ਥੱਲੇ ਵਾਲਾ ਕੱਪੜਾ ਡੇਲੀ ਚੇਂਜ ਕਰੀ ਜਾਓ, ਨਵੇਂ ਉਹ ਖੁਸ਼ਬੂ ਲਾ ਕੇ ਰੱਖ ਦਿਓ ਪੋਥੀਆਂ ਦੇ ਉੱਤੇ, ਇਹ ਸਾਰੇ ਕੱਪੜਾ ਫਿਰ ਸਫਾਈ ਕਰੀ ਜਾਓ। ਤੁਸੀਂ ਪੋਥੀਆਂ ਦਾ ਪੂਰਨ ਸਤਿਕਾਰ ਅਤੇ ਸ਼ਸਤਰਾਂ ਦਾ ਸਤਿਕਾਰ ਕਰੋ। ਜੇ ਤੁਹਾਡੇ ਘਰਾਂ 'ਚ ਸ਼ਸਤਰ, ਕਿਸੇ ਦੇ ਮੰਜੇ ਥੱਲੇ ਵਾੜਿਆ ਹੋਇਆ, ਕਿਸੇ ਦੇ ਇੱਦਾਂ ਰੱਖਿਆ ਹੋਇਆ, ਕਿਤੇ ਉੱਦਾਂ ਇੱਕ ਜੰਗਾਲੇ ਪਏ, ਇਹ ਸਾਰੀ ਚੀਜ਼ ਦੇਖੋ ਧਿਆਨ ਨਾਲ। ਸ਼ਸਤਰਾਂ ਦਾ ਅਤੇ ਸ਼ਸਤਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਕਾਰ ਕਰੋ, ਪੋਥੀਆਂ ਦਾ ਸਤਿਕਾਰ ਕਰਨਾ ਸਿੱਖੋ। ਉਹ ਕਈਆਂ ਦੇ ਉੱਧਰ ਨੂੰ ਪੈਰ ਕੀਤੇ ਹੁੰਦੇ ਨੇ, ਪੋਥੀ ਕਹਿੰਦੇ ਉਹ ਤਾਂ ਉੱਚੀਆਂ ਪਈਆਂ ਨੇ, ਪੈਰ ਨਾ ਕਰੋ। ਇੱਥੋਂ ਤੱਕ ਵੀ ਮਹਾਰਾਜ ਨੇ ਪਿੱਛੇ ਜੇ ਕਿਸੇ ਨੂੰ ਵਚਨ ਕੀਤਾ ਸੀ, ਕਹਿੰਦੇ ਪਰਿਵਾਰ ਵਾਲਿਆਂ ਨੂੰ ਸੁਨੇਹਾ ਦਿਓ, ਇਹ ਕਹਿੰਦੇ ਫੋਟੋਆਂ ਤਾਂ ਸਾਡੀਆਂ ਸਾਰੇ ਡਰਾਇੰਗ ਰੂਮ 'ਚ ਲਾਈਆਂ, ਕਿਤੇ ਉੱਥੇ ਲਾਈਆਂ, ਇਹ ਉੱਥੇ ਬਹਿ ਕੇ ਸ਼ਰਾਬ ਪੀ ਜਾਂਦੇ ਨੇ। ਖੁਦ ਮਹਾਰਾਜ ਨੇ ਇਹ ਗੱਲ ਕਹੀ ਹੈ, ਕਹਿੰਦੇ ਜੇ ਕਿਸੇ ਘਰ 'ਚ ਸ਼ਰਾਬ ਮੀਟ ਆਂਡਾ, ਉਹ ਸਾਡੀ ਫੋਟੋ ਵੀ ਨਾ ਲਾਵੇ। ਕਿਉਂ? ਕਹਿੰਦੇ ਤੁਸੀਂ ਸਾਡੇ ਸਰੂਪਾਂ ਦੀ ਇਉਂ ਰੱਖ ਕੇ ਫਿਰ ਬਿਰਧ ਵੀ ਕਰਦੇ ਹੋ, ਇੱਧਰ ਬੋਤਲ ਖੁੱਲ੍ਹੀ, ਉੱਧਰ ਦਸਵੇਂ ਪਾਤਸ਼ਾਹ ਦੀ ਬਾਬਾ ਦੀਪ ਸਿੰਘ ਦੀ ਫੋਟੋ ਲੱਗੀ ਹੋਈ ਆ, ਉਹ ਚੰਗੀ ਗੱਲ ਆ ਕੋਈ? ਇਸ ਕਰਕੇ ਇਹਨਾਂ ਚੀਜ਼ਾਂ ਦਾ ਵੀ ਧਿਆਨ, ਹਰੇਕ ਫੋਟੋ ਦਾ, ਹਰ ਜਗ੍ਹਾ ਫੋਟੋ। ਆ ਇੱਥੇ ਡੈਲਸ ਵਿੱਚ ਫੋਟੋ ਲੱਗੀ ਸੀਗੀ ਜੋੜੇ ਘਰ 'ਚ ਅਨੰਦਪੁਰ ਸਾਹਿਬ ਤਖ਼ਤ ਸਾਹਿਬ ਦੀ, ਉੱਥੇ ਵੀ ਮਹਾਰਾਜ ਨੇ ਕਿਸੇ ਪ੍ਰੇਮੀ ਨੂੰ ਇਉਂ ਗੱਲ ਕਹੀ, ਕਹਿੰਦੇ ਜੋੜੇ ਘਰ 'ਚ ਤਖ਼ਤ ਸਾਹਿਬ ਦੀ ਫੋਟੋ ਕਿਉਂ ਲਾਈ, ਇਹਨੂੰ ਲਾ ਕੇ ਉੱਧਰਲੇ ਪਾਸੇ ਲਵਾਓ। ਉਹ ਕਹਿੰਦੇ ਜੀ ਇਹਨੇ ਸਾਡੀ ਗੱਲ ਨਹੀਂ ਮੰਨਣੀ ਕਮੇਟੀ ਵਾਲਿਆਂ ਨੇ। ਫਿਰ ਕਿਸੇ ਤਰੀਕੇ ਉਹ ਕਹਿ ਕੇ ਮੈਨੂੰ ਕਿਹਾ ਉਹਨਾਂ ਨੇ, ਮੈਂ ਕਿਹਾ ਆਹ ਤਰੀਕਾ ਵਰਤ ਲਓ, ਇੱਦਾਂ ਮੰਨ ਜਾਣਗੇ। ਇੱਕ ਮਹਾਰਾਜ ਕਹਿੰਦੇ ਸੀ ਜੋੜੇ ਖਾਨੇ ਦੇ ਵਿੱਚ, ਕਹਿੰਦੇ ਇਹਨਾਂ ਨੇ ਆਹ ਜਿਹੜੇ ਸਿਰ ਦੇ ਉੱਤੇ ਪੀਲੇ ਜਿਹੇ ਮਾਰ ਲੈਂਦੇ ਸਾਰੇ ਜਾਣੇ, ਜਿਹਨਾਂ ਦੇ ਕੇਸ ਨਹੀਂ ਹੁੰਦੇ ਨਿਆਣਿਆਂ ਬਾਅਦ, ਕਹਿੰਦੇ ਉੱਥੇ ਜੋੜਾ ਘਰ ਆ, ਉੱਥੇ ਉਹ ਥੱਲੇ ਡਿੱਗੀ ਜਾਂਦੇ ਨੇ, ਜੋੜਿਆਂ ਨਾਲ ਲੱਗੀ ਜਾਂਦੇ ਨੇ, ਤੁਸੀਂ ਚੱਕ ਚੱਕ ਕੇ ਸਿਰਾਂ ਦੇ ਲਈ ਜਾਂਦੇ ਹੋ। ਕਹਿੰਦੇ ਇਹ ਵੀ ਚੰਗੀ ਗੱਲ, ਉੱਤੇ ਤੁਸੀਂ ਨਿਸ਼ਾਨ ਬਣਾਇਆ ਖਾਲਸੇ ਦਾ, ਉੱਤੇ ਦੇਖ ਦੇ ਫਤਿਹ ਲਿਖਿਆ, ਫਿਰ ਉਹ ਚੁਕਵਾਇਆ ਉਹਨਾਂ ਦਾ ਉੱਥੋਂ। ਬਹੁਤ ਸਾਰੀਆਂ ਗੱਲਾਂ ਦੀ ਨੌਲੇਜ ਸਤਿਗੁਰੂ ਆਪ ਹੀ ਦਿੰਦੇ ਨੇ। ਗਲਤੀਆਂ ਅਸੀਂ ਕਰਦੇ ਹਾਂ, ਪਰ ਸੁਧਾਰ ਕਰਨਾ ਚਾਹੀਦਾ ਉਹਨਾਂ ਚੀਜ਼ਾਂ ਵਿੱਚ। ਜਾਂ ਆਓ ਸਤਿਗੁਰੂ ਅੱਗੇ ਬੇਨਤੀ ਕਰੀਏ, ਸਾਨੂੰ ਗੁਰਮਤਿ ਬਖਸ਼ੋ, ਸਰ ਦੁਰਮਤਿ ਸਾਡੇ ਅੰਦਰੋਂ ਨਾਸ ਕਰ ਦਿਓ, ਮਿਹਰ ਭਰਿਆ ਹੱਥ ਰੱਖੋ। ਦੁਰਮਤਿ ਨਾਸ ਨਾਮ ਨਾਲ ਹੋਣੀ, ਸਾਧ ਸੰਗਤ ਜੀ ਬਾਣੀ ਪੜ੍ਹਨਾ ਹੋਣੀ ਹੈ, ਕੀਰਤਨ ਕਥਾ ਸੁਣਨ ਨਾਲ, ਇਹਨਾਂ ਹੱਥਾਂ ਨਾਲ ਸੇਵਾ ਕਰੋ। ਜਿਵੇਂ ਆਹ ਜੰਗਲਾਂ ਮੂਹਰੇ ਲੱਗਿਆ ਹੋਇਆ ਮੈਂ ਦੇਖ ਰਿਹਾ, ਇੱਥੇ ਦਾਗ ਜੇ ਪਏ ਹੋਏ ਨੇ, ਇੱਕ ਬੰਦਾ ਲਿਆਓ, ਉਹ ਦਵਾਈ ਜੀ ਹੁੰਦੀ ਇਹਨਾਂ ਵਾਲੀ, ਐਨ ਲਿਸ਼ਕਾ ਦਿਓ ਇਹਨੂੰ ਸੋਨੇ ਵਾਂਗੂ, ਉਹ ਤੁਹਾਨੂੰ ਮਹਾਰਾਜ ਨੇ ਫਲ ਦੇ ਦੇਣਾ ਇਹਦਾ ਹੀ। ਫਿਰ ਆਹ ਵੀ ਆਹ ਇਹਨੂੰ ਖਿਆਲ ਆ ਗਿਆ ਸਿੱਖ ਨੂੰ। ਹੋਰ ਕਈ ਇੱਥੇ ਚੀਜ਼ਾਂ ਹੋਣਗੀਆਂ, ਤੁਸੀਂ ਕੀ ਲੈਣਾ ਵੀ ਕੋਈ ਕਹੇ ਤਾਂ ਕਰਨੀ ਆ, ਆਪੇ ਕਰੀ ਜਾਇਆ ਕਰੋ। ਬੜੀ ਸੇਵਾ ਜੇ ਆਪਣੇ ਆਪ ਕਰੀ ਜਾਓ, ਸਤਿਗੁਰੂ ਉਸੇ ਦਾ ਹੀ ਫਲ ਦੇਈ ਜਾਂਦੇ ਆਪਾਂ ਨੂੰ। ਜਾਂ ਉਹ ਸਤਿਗੁਰੂ ਕਹਿੰਦੇ ਬੈਠ ਕੇ ਸੰਗਤ ਵਿੱਚ ਨਾਮ ਜਪੋ, ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ, ਧੰਨ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਧੰਨ ਵਾਹੇ ਗੁਰੂ।
गिर्द समाले औखी कड़ी न देखण दे अपना बेरद समाले वाहे गुरु वाहे गुरु वाहे गुरु धन्यवाद कथा आप जी ने सरवण की रेडियो अमृत बाणी राही भी 0176 सकाई ते पूरे संसार विच जा रही है USA तक आस्ट्रेलिया न्यूजीलैंड मलेशिया सारा यूरोप एक कथा सरवण करदा नाल नाल इन्नी संगत इत्थे लखां दी गिनती विच जिथे किसी नूं पता लग जांदा वी कथा आ रही है उत्थे ही संगत सरवण करदे बहुत फोन आउंदे संगत दे इस करके नाल नाल असीं अमृत बाणी टीवी लई भी रिकॉर्डिंग कर रहे हैं ये गुरु साहब नूं भा गया वी टीवी होना चाहिए एक धार्मिक सिर्फ धार्मिक बस दूजी गल नहीं होनी चाहिए जो साड़ी इच्छा है कि सिर्फ संथ्या होवे कथा होवे कीर्तन होवे नाम का प्रवाह चले वो सतगुरु बख्शिश कर भुलां चुकां की माफ़ी बख्शनी आओ आनंद साहब का पा